ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਅੱਜ ਇੱਕ ਵਾਰੀ ਫਿਰ ਆਪਾਂ ਉਸ ਧਰਤੀ 'ਤੇ ਪਹੁੰਚੇ ਹਾਂ ਜਿੱਥੋਂ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ। ਸੋ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਜਿੱਥੋਂ ਕਿ ਪਿਛਲੇ ਲੰਬੇ ਅਰਸੇ ਤੋਂ ਅਰਦਾਸਾਂ ਹੋ ਰਹੀਆਂ ਸਨ, ਸ਼੍ਰੀ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਬਲਾਕੀ ਸੰਸਥਾ ਵੱਲੋਂ ਸਰਦਾਰ ਕੁਲਦੀਪ ਸਿੰਘ ਵਡਾਲਾ, ਜੋ ਕਿ ਆਪਣੇ ਲੰਬਾ ਅਰਸਾ ਕਰੀਬ 18 ਸਾਲ ਉਹਨਾਂ ਨੇ ਲਗਾਤਾਰ ਹਰ ਮੱਸਿਆ ਦੇ ਉੱਪਰ ਆ ਕਰਕੇ ਇੱਥੇ ਸੰਗਤਾਂ ਸਮੇਤ ਅਰਦਾਸ ਕੀਤੀ। ਸੋ ਅੱਜ ਉਸ ਕਾਲਨਾ ਨੂੰ ਜੋ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦੇ ਨਾਲ ਫਲ ਲੱਗਾ, ਉਹਦਾ ਸ਼ੁਕਰਾਨਾ ਕਰਨ ਵਾਸਤੇ ਅਤੇ ਅੱਗੋਂ ਮਿਹਰ ਪ੍ਰਾਪਤ ਕਰਨ ਵਾਸਤੇ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਸਮਾਗਮ ਹੋ ਰਹੇ ਨੇ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਜਿਸ ਦੀ ਕਿ ਕਾਰ ਸੇਵਾ ਵੀ ਚੱਲ ਰਹੀ ਹੈ, ਆਪਾਂ ਪਿੱਛੇ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਸੀ। ਸੋ ਉਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋ ਰਹੇ ਨੇ, ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ। ਸੋ ਜਿੱਥੇ ਆਪਾਂ ਇਸ ਸਮਾਗਮ ਦਾ ਹਾਲ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ, ਉੱਥੇ ਜੋ ਸੰਗਤਾਂ ਦੀਆਂ ਮਨੋਭਾਵਨਾਵਾਂ ਨੇ, ਕਿਉਂਕਿ ਬੜੇ ਲੰਬੇ ਅਰਸੇ ਤੋਂ ਉਡੀਕ ਸੀ ਅਤੇ ਗੁਰੂ ਸਾਹਿਬ ਜੀ ਨੇ ਕਲਾ ਵਰਤਾਈ ਹੈ ਕਿ ਇਹ ਹੁਣ ਲਾਂਘੇ ਦੇ ਉੱਤੇ ਜੋ ਕਾਫੀ ਸਾਰਾ ਕੰਮ ਜਿਹੜਾ ਹੋ ਰਿਹਾ ਅਤੇ ਮਹਾਰਾਜ ਕਿਰਪਾ ਕਰਨ ਕਿ ਇਹਨਾਂ ਚੋਣਾਂ ਤੋਂ ਬਾਅਦ ਇਹ ਮਾਹੌਲ ਹੋਰ ਸੁਖਾਵਾਂ ਹੋ ਜਾਏ, ਤਾਂ ਕਿ ਗੁਰੂ ਸਾਹਿਬ ਜੀ ਦੇ 550 ਸਾਲਾਂ ਦੇ ਮੌਕੇ ਦੇ ਉੱਤੇ ਸੰਗਤਾਂ ਖੁੱਲ੍ਹੇ ਦਰਸ਼ਨ ਦਾਰੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਕਰ ਸਕਣ। ਸੋ ਆਓ ਆਪਾਂ ਜੁੜਦੇ ਹਾਂ ਅੱਜ ਦੀ ਇਸ ਜੋ ਵਿਸ਼ੇਸ਼ ਅਰਦਾਸ ਹੈ, ਜੋ ਸ਼ੁਕਰਾਨਾ ਸਮਾਗਮ ਉਸ ਦੇ ਪ੍ਰਥਾਏ। ਸੋ ਇਹ ਦੂਸਰਾ ਰਸਤਾ ਜੀ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਨੂੰ ਜਾਣ ਦਾ, ਜੋ ਕਿ ਮੇਨ ਬਾਜ਼ਾਰ ਦੇ ਵਿੱਚੋਂ ਦੀ ਰਸਤਾ ਹੈ। ਸੋ ਆਓ ਆਪਾਂ ਇੱਧਰ ਦੀ ਵੀ ਚੱਲ ਕੇ ਦਰਸ਼ਨ ਕਰਦੇ ਹਾਂ। ਸੋ ਜਿਵੇਂ ਕਿ ਆਪਾਂ ਆਪ ਸੰਗਤਾਂ ਦੇ ਨਾਲ ਪਹਿਲਾਂ ਵੀ ਸਾਂਝ ਕੀਤੀ ਸੀ ਕਿ ਇਹ ਜੋ ਨਗਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਆ ਕੇ ਬਿਰਾਜਮਾਨ ਹੁੰਦੇ ਸਨ, ਜਿੱਥੇ ਰੰਧਾਵੇ ਦੇ ਨਾਲ ਉਹਦੇ ਖੂਹ ਦੇ ਉੱਤੇ ਵਿਚਾਰਾਂ ਕਰਨੀਆਂ, ਉੱਥੇ ਹੀ ਇਹ ਜੋ ਜ਼ਮੀਨ ਸੀਗੀ ਇਹ ਜਿੱਥੇ ਰੰਧਾਵੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਹੀ ਆਪਣੀ ਦਾਨ ਕਰ ਦਿੱਤੀ। ਅਤੇ ਬਾਅਦ ਦੇ ਵਿੱਚ ਜਿਵੇਂ ਕਿ ਇਸ ਜਗ੍ਹਾ ਦੇ ਉੱਤੇ ਬਾਬਾ ਸ਼੍ਰੀ ਚੰਦ ਜੀ ਨੇ ਪ੍ਰਮੁੱਖ ਗੁਰਸਿੱਖਾਂ ਬਾਬਾ ਬੁੱਢਾ ਜੀ ਅਤੇ ਹੋਰ ਸਭ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਭੂਤੀ ਵਾਲੀ ਗਾਗਰ ਇੱਥੇ ਲਿਆ ਕੇ ਸਥਾਪਿਤ ਕੀਤੀ। ਸੋ ਉਸ ਤੋਂ ਬਾਅਦ ਇਹ ਡੇਰਾ ਬਾਬਾ ਨਾਨਕ ਨਗਰ ਮਸ਼ਹੂਰ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਬਾਬਾ ਧਰਮ ਚੰਦ ਜੀ, ਉਹਨਾਂ ਦੀ ਜਿਹੜੀ ਅੱਗੋਂ ਪਰਿਵਾਰ ਹੈ ਉਹ ਇੱਥੇ ਵਸਿਆ। ਸੋ ਇਸ ਢੰਗ ਦੇ ਨਾਲ ਇਹ ਜੋ ਸਥਾਨ ਹੈ ਇਹ ਇਤਿਹਾਸਿਕ ਸਥਾਨ ਹੈ, ਇੱਥੇ ਗੁਰੂ ਅਰਜਨ ਸਾਹਿਬ ਜੀ ਵੀ ਆਉਂਦੇ ਨੇ ਅੱਗੋਂ ਚੱਲ ਕੇ। ਸੋ ਕੀਰਤਨ ਸਥਾਨ ਵੀ ਇੱਥੇ ਹੈ, ਜਿੱਥੇ ਕਿ ਸੰਮਤ 1646 ਵਿੱਚ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਧਰਮਚੰਦ ਜੀ ਦੇ ਅਕਾਲ ਚਲਾਣੇ ਸਮੇਂ ਇੱਥੇ ਆਏ ਸਨ। ਸੋ ਇਸ ਜਗ੍ਹਾ 'ਤੇ ਬੈਠ ਕੇ ਉਹਨਾਂ ਨੇ ਰੱਬੀ ਕੀਰਤਨ ਕੀਤਾ ਅਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਕੀਰਤਨ ਸਥਾਨ ਵੀ ਜਿਹੜਾ ਹੈ ਇਸ ਸਥਾਨ 'ਤੇ ਬਿਰਾਜਮਾਨ ਹੈ। ਸੋ ਇਹ ਇੱਕ ਸਾਂਝ ਵੀ ਗੁਰੂ ਪਰਿਵਾਰ ਦੀ ਇੱਥੇ ਦਰਸਾਉਂਦਾ ਹੈ ਕਿ ਗੁਰੂ ਅਰਜਨ ਸਾਹਿਬ ਇਸ ਸਥਾਨ 'ਤੇ ਆਏ ਨੇ ਬਾਬਾ ਧਰਮਚੰਦ ਜੀ ਦੇ ਪਰਚੌਣੀ ਦੇ ਮੌਕੇ 'ਤੇ। ਸੋ ਇਸ ਪੱਖ ਤੋਂ ਆਪਾਂ ਦਰਸ਼ਨ ਕਰ ਸਕਦੇ ਹਾਂ। ਇਹ ਜੋ ਸੇਵਾ ਚੱਲ ਰਹੀ ਹੈ ਕਾਰ ਸੇਵਾ ਖਡੂਰ ਸਾਹਿਬ ਵਾਲ ਵੱਲੋਂ, ਅਤੇ ਇਸ ਪਾਸੇ ਆਪਾਂ ਵੀ ਨਾਲ ਹੀ ਦਰਸ਼ਨ ਕਰਦੇ ਚੱਲੀਏ ਕਿ ਸਰੋਵਰ ਸਾਹਿਬ ਵੀ ਬੜਾ ਸੋਹਣਾ ਮਹਾਰਾਜ ਦੀ ਮਿਹਰ ਦੇ ਨਾਲ ਸੁਭਾਇਮਾਨ ਹੈ। ਉੱਚੇ ਨਿਸ਼ਾਨ ਸਾਹਿਬ ਗੁਰੂ ਘਰ ਦੀ ਸ਼ੋਭਾ ਨੂੰ ਵਧਾਉਂਦੇ ਨੇ। ਸੋ ਬੜਾ ਸੋਹਣਾ ਗੁਰੂ ਕਾ ਦਰਬਾਰ ਜਦ ਤਿਆਰ ਹੋ ਜਾਏਗਾ ਅਤੇ ਇਹ ਸੰਗਤਾਂ ਦਰਸ਼ਨ ਕਰਨਗੀਆਂ। ਇੱਕ ਹੋਰ ਵਿਸ਼ੇਸ਼ ਗੱਲ ਜਿਹੜੀ ਆਪਾਂ ਦੇਖ ਸਕਦੇ ਹਾਂ ਕਿ ਜਿੱਥੇ ਵੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਜੋ ਸੇਵਾ ਚੱਲਦੀ ਹੈ ਉੱਥੇ
ਹਰਿਆਲੀ ਦਾ ਵੀ ਖਿਆਸ ਖਿਆਲ ਰੱਖਿਆ ਜਾਂਦਾ। ਇੱਥੇ ਵੀ ਆਪਾਂ ਜੇ ਕੈਮਰੇ ਦੀ ਅੱਖ ਦੇ ਨਾਲ ਇੱਧਰੋਂ ਦੀ ਝਾਤ ਮਾਵਾਂਗੇ ਅਤੇ ਅੰਬ ਦੇ ਬੂਟੇ ਅਤੇ ਹੋਰ ਬੂਟੇ ਜਿਹੜੇ ਨੇ ਅਸ਼ੋਕਾ ਦੇ ਬੂਟੇ, ਹਰਿਆਲੀ ਦਾ ਜਿਹੜਾ ਉਹ ਖਾਸ ਖਿਆਲ ਜਿਹੜਾ ਇੱਥੇ ਰੱਖਿਆ ਗਿਆ। ਸਰੋਵਰ ਦੇ ਚਾਰੇ ਪਾਸੇ ਜਿਹੜੇ ਨੇ ਬੂਟੇ ਜਿਹੜੇ ਨੇ ਉਹ ਲਗਾਏ ਗਏ ਨੇ। ਸੋ ਕਿਉਂਕਿ ਬਾਬਾ ਸੇਵਾ ਸਿੰਘ ਜੀ ਵਾਤਾਵਰਨ ਪ੍ਰੇਮੀ ਦੇ ਰੂਪ ਦੇ ਵਿੱਚ ਵੀ ਆਪ ਜੀ ਨੂੰ ਪਦਮ ਸ਼੍ਰੀ ਪ੍ਰਾਪਤ ਹੈ। ਸੋ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਵੀ ਜਗ੍ਹਾ ਬਣੇ, ਜਿੱਥੇ ਵੀ ਸਮਾਂ ਬਣੇ, ਉੱਥੇ ਹਰਿਆਲੀ ਦਾ ਖਿਆਲ ਰੱਖਿਆ ਜਾਏ, ਪੌਦੇ ਲਗਾਏ ਜਾਣ। ਸੋ ਇੱਥੇ ਵੀ ਚੁਗਿਰਦੇ ਦੇ ਵਿੱਚ ਹੀ ਸਰੋਵਰ ਸਾਹਿਬ ਦੇ ਇਹ ਜਿਹੜੇ ਬੂਟੇ ਨੇ ਉਹ ਲਗਾਏ ਗਏ ਨੇ। ਅਤੇ ਆਹ ਇੱਕ ਬਾਹਰੀ ਦ੍ਰਿਸ਼ ਵੀ, ਜਿਵੇਂ ਕਿ ਆਪਾਂ ਪਿੱਛੇ ਮਾਡਲ ਦੇਖ ਕੇ ਆਏ ਸੀ, ਇਹ ਡਿਜ਼ਾਈਨ ਬਣਨੇ ਸ਼ੁਰੂ ਹੋ ਚੁੱਕੇ ਨੇ, ਉਹ ਦੇਖ ਜਿਹੜੀ ਆ ਪ੍ਰਦਾਨ ਕੀਤੀ ਜਾਏਗੀ। ਸੋ ਇੱਟਾਂ ਨੂੰ ਵੀ ਉਸ ਢੰਗ ਦੇ ਨਾਲ ਘੜਿਆ ਜਾ ਰਿਹਾ। ਆਹ ਦੇਖੋ ਸੰਗਤ ਜੀ, ਪੁਰਾਤਨ ਜਿਹੜਾ ਡਿਜ਼ਾਈਨ ਆ, ਆਉਂਦੇ ਸਮੇਂ ਦੇ ਵਿੱਚ ਜੋ ਆਪਾਂ ਤੱਕਾਂਗੇ ਉਹਦੇ ਵਾਸਤੇ ਇਹ ਇੱਟਾਂ ਨੂੰ ਕਾਰੀਗਰਾਂ ਵੱਲੋਂ ਘੜ ਕੇ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸੋ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦੇ ਨਾਲ ਇਹ 550 ਸਾਲਾਂ ਦੇ ਮੌਕੇ ਦੇ ਉੱਤੇ ਇਹ ਸੇਵਾਵਾਂ ਮੁਕੰਮਲ ਹੋਣ, ਗੁਰੂ ਕੀਆਂ ਸੰਗਤਾਂ ਦਰਸ਼ਨ ਦੇ ਦਾਰੇ ਕਰਕੇ ਨਿਹਾਲ ਹੋਣ ਅਤੇ ਮਹਾਰਾਜ ਦੀਆਂ ਮਿਹਰਾਂ ਪ੍ਰਾਪਤ ਕਰਨ ਜੀ। ਸੋ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ, ਜੋ ਕਿ ਕੁੱਲ ਦੁਨੀਆ ਨੇ ਮਨਾਉਣਾ ਹੈ, ਪਰ ਇੱਥੇ ਵਿਸ਼ੇਸ਼ ਤੌਰ 'ਤੇ ਇੰਡੀਆ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪ੍ਰਕਾਸ਼ ਪੁਰਬ ਮਨਾਇਆ ਜਾਣਾ। ਸੋ ਉਸ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਚੁੱਕਾ ਹੈ। 8 ਤਰੀਕ ਤੋਂ ਲੈ ਕੇ 12 ਨਵੰਬਰ ਤੱਕ ਇਹ ਜਿਹੜੇ ਸਮਾਗਮ ਨੇ ਹੋਣੇ ਨੇ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ 'ਤੇ। ਅਤੇ ਇਸ ਦੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਤਾਂ ਇਹ ਜੋ ਪਵਿੱਤਰ ਧਰਤੀ ਹੈ, ਇਹ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਹੀ ਵੱਡੀ ਯਾਦਗਾਰ ਮੈਂ ਸਮਝਦਾ, ਕਿਉਂਕਿ ਜਿੱਥੇ ਕਰਤਾਰਪੁਰ ਸਾਹਿਬ ਉਹਨਾਂ ਦੀ ਯਾਦਗਾਰ ਹੈ, ਉੱਥੇ ਡੇਰਾ ਬਾਬਾ ਨਾਨਕ, ਕਿਉਂਕਿ ਜਿਵੇਂ ਕਿ ਆਪ ਸੰਗਤਾਂ ਨੂੰ ਇਸ ਗੱਲ ਦਾ ਗਿਆਨ ਹੋਏਗਾ ਹੀ ਕਿ ਡੇਰਾ ਬਾਬਾ ਨਾਨਕ ਇਹ ਪਵਿੱਤਰ ਸਥਾਨ ਹੈ ਜਿੱਥੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋ ਭਭੂਤੀ ਦੀ ਗਾਗਰ ਸੀ ਉਹ ਉਹਨਾਂ ਦਾ ਅੰਗੀਠਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੋਂ ਲਿਆ ਕੇ ਇਸ ਸਥਾਨ 'ਤੇ ਬਿਰਾਜਮਾਨ ਕਰ ਦਿੱਤੀ ਗਈ ਸੀ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ। ਸੋ ਉਸ ਵੇਲੇ ਤੋਂ ਇਸ ਸਥਾਨ ਦਾ ਨਾਂ ਡੇਰਾ ਬਾਬਾ ਨਾਨਕ, ਜੋ ਕਿ ਪਹਿਲਾਂ ਦਿਓਰਾ ਬਾਬਾ ਨਾਨਕ ਸੀ ਫਿਰ ਡੇਰਾ ਬਾਬਾ ਨਾਨਕ ਕਰਕੇ ਪ੍ਰਚਲਿਤ ਹੋਇਆ। ਸੋ ਇੱਥੇ ਜੋ ਸੇਵਾਵਾਂ ਚੱਲਦੀਆਂ ਪਈਆਂ ਨੇ, ਇਹ ਸ਼੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਤਿਆਰ ਹੋ ਰਿਹਾ। ਇਹਦੀ ਦਿੱਖ ਜਿਹੜੀ ਹੈ ਆਪਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਕਿ ਕਿਸ ਢੰਗ ਦੇ ਨਾਲ ਇਹ ਤਿਆਰ ਹੋਏਗਾ। ਸੋ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਜੋ ਇਮਾਰਤ ਤਿਆਰ ਹੋ ਰਹੀ ਹੈ ਉਹਦਾ ਇਹ ਮਾਡਲ ਇਹ ਸਾਡੇ ਸਾਹਮਣੇ ਹੈ। ਅਤੇ ਇੱਧਰ ਨਾਲ ਹੀ ਆਪਾਂ ਦਰਸ਼ਨ ਕਰਦੇ ਹਾਂ ਜੀ। ਸੋ ਜੋ ਤਿਆਰੀ ਚੱਲਦੀ ਪਈ ਹੈ ਇਹ ਸਾਹਮਣੇ ਆ ਅੱਜ, ਕਿਉਂਕਿ ਇੱਥੇ ਦੀਵਾਨ ਸੱਜਣੇ ਸੀ ਇਸ ਵਾਸਤੇ ਅੱਜ ਸੇਵਾ ਨੂੰ ਵਿਸ਼ਰਾਮ ਦਿੱਤਾ ਗਿਆ ਜੀ। ਸੋ ਇਹ ਜੋ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਤਿਆਰ ਹੋ ਰਹੀ ਹੈ, ਬਾਹਰਲੀ ਇਮਾਰਤ ਨਵੀਂ ਹੈ ਪਰ ਪੁਰਾਤਨਤਾ ਜਿਹੜੀ ਹੈ ਉਸਨੂੰ ਉਵੇਂ ਹੀ ਸੰਭਾਲਿਆ ਗਿਆ। ਇਹਦੇ ਵਿੱਚ ਸੰਗਤ ਜੀ ਉਹ ਆਪਾਂ ਅੱਗੇ ਚੱਲ ਕੇ ਨਾਲ ਨਾਲ ਦਰਸ਼ਨ ਵੀ ਕਰ ਲੈਂਦੇ ਹਾਂ ਆਪ ਸੰਗਤਾਂ ਨੂੰ, ਕਿਉਂਕਿ ਪਹਿਲਾਂ ਕਾਰ ਸਭਾ ਦੇ ਦੌਰਾਨ ਆਪ ਜੀਆਂ ਨੂੰ ਦਰਸ਼ਨ ਕਰਵਾਏ ਸਨ। ਸੋ ਇਹ ਸਥਾਨ ਹੈ ਜਿੱਥੇ ਕਿ ਖੂਹ ਹੋਇਆ ਕਰਦਾ ਸੀ ਅਜਿੱਤਾ ਰੰਧਾਵਾ ਜੀ ਦਾ। ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੋਂ ਬਾਅਦ ਸਭ ਤੋਂ ਪਹਿਲਾਂ ਇੱਥੇ ਆ ਕੇ ਇਸ ਖੂਹ ਦੇ ਉੱਤੇ ਬਿਰਾਜਮਾਨ ਹੋਏ ਨੇ। ਇੱਥੇ ਉਹਨਾਂ ਨੇ ਆਪਣਾ ਇਸ਼ਨਾਨ ਪਾਣੀ ਕੀਤਾ ਅਤੇ ਇੱਥੋਂ ਹੀ ਸੁਨੇਹਾ ਭੇਜਿਆ ਸੀ ਪੱਖੋ ਕੇ ਰੰਧਾਵੇ, ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਉਹ ਸਹੁਰਾ ਨਗਰ ਸੀ, ਉੱਥੇ ਮਾਤਾ ਜੀਆਂ ਨੂੰ ਸੁਨੇਹਾ ਭੇਜਿਆ। ਸੋ ਇਹ ਖੂਹ ਜਿਹੜਾ ਹੈ ਉਹ ਵੀ ਇੱਥੇ ਮੌਜੂਦ ਹੈ। ਅੱਗੇ ਚੱਲ ਕੇ ਆਪਾਂ ਆਪ ਜੀਆਂ ਨੂੰ ਦਰਸ਼ਨ ਵੀ ਕਰਵਾਉਂਦੇ ਹਾਂ। ਸੋ ਇਹ ਜੋ ਹੁਣੇ ਆਪਾਂ ਮਾਡਲ ਦੇਖਿਆ ਉਹਦੇ ਹਿਸਾਬ ਦੇ ਨਾਲ ਇਹ ਦੀਵਾਨ ਹਾਲ ਜਿਹੜਾ ਹੈ ਦਰਬਾਰ ਇਹ ਤਿਆਰ ਹੋ ਰਿਹਾ। ਇਹਦੇ ਵਿੱਚ ਬਾਹਰੀ ਜਿਹੜੀਆਂ ਨੇ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ, ਬੜੇ ਵੱਡੇ ਬੀਮ ਅਤੇ ਸਾਰਾ ਉਹ ਪ੍ਰਬੰਧ ਹੋ ਚੁੱਕਾ ਹੈ। ਇਸ ਪਾਸੇ ਆਪਾਂ ਤੱਕ ਸਕਦੇ ਹਾਂ ਸਰੋਵਰ ਵਾਲੇ ਪਾਸੇ ਤੋਂ ਜੋ ਇਹ ਸੇਵਾ ਹੈ, ਜੋ ਦੀਵਾਰਾਂ ਨੇ ਉਹਨਾਂ ਦੀ ਵੀ ਚਿਣਾਈ ਸ਼ੁਰੂ ਹੋ ਚੁੱਕੀ ਹੈ। ਦੀਵਾਰਾਂ ਵੀ 18 ਇੰਚੀ ਦੀਆਂ ਦੀਵਾਰਾਂ, ਜਿਵੇਂ ਪੁਰਾਤਨ ਦੀਵਾਰਾਂ ਹੋਇਆ ਕਰਦੀਆਂ ਸਨ
ਉਸ ਤਰ੍ਹਾਂ ਦੀਆਂ ਦੀਵਾਰਾਂ ਨੇ। ਇੱਕ ਸੰਗਤ ਜੀ ਮੁੱਖ ਜਿਹੜੀ ਇੱਥੇ ਦੀ ਆਪ ਜੀ ਦੇ ਨਾਲ ਸਾਂਝੀ ਕਰਨ ਵਾਲੀ ਗੱਲ ਹੈ, ਕਿਉਂਕਿ ਪੁਰਾਤਨਤਾ ਨੂੰ ਵੀ ਨਾਲ ਨਾਲ ਸੰਭਾਲਦੇ ਹੋਏ ਜੋ ਥੜਾ ਸਾਹਿਬ ਸੀ, ਜਿਸ ਥੜਾ ਸਾਹਿਬ ਦੇ ਹੇਠਾਂ ਗੁਰੂ ਨਾਨਕ ਸਾਹਿਬ ਜੀ ਦੀ ਵਿਭੂਤੀ ਦੀ ਗਾਗਰ ਜਿਹੜੀ ਸੀ ਉਹ ਬਿਰਾਜਮਾਨ ਹੈ, ਉਹ ਇਹ ਥੜਾ ਸਾਹਿਬ ਉਹ ਹੀ ਪੁਰਾਤਨ ਸਰੂਪ ਦੇ ਵਿੱਚ ਹੈ। ਇਹ ਜਿਹੜਾ ਆਪਾਂ ਇੱਟਾਂ ਦਾ ਛੋਟਾ ਜਿਹਾ ਆਕਾਰ ਦੇਖਦੇ ਪਏ ਹਾਂ ਜੀ, ਇਹਦੇ ਹੇਠਾਂ ਉਹ ਪਾਲਕੀ ਸਾਹਿਬ ਹੈ ਜਿਹੜੀ ਕਿ ਪੁਰਾਤਨ ਇਸ ਅਸਥਾਨ ਦੇ ਨਾਲ ਜਿਹਦੀਆਂ ਯਾਦਾਂ ਜੁੜੀਆਂ ਹੋਈਆਂ ਨੇ, ਕਿਉਂਕਿ ਇੱਥੋਂ ਦੀ ਜੋ ਸੇਵਾ ਹੈ ਦੀਵਾਨ ਹੈਦਰਾਬਾਦ ਵੱਲੋਂ ਕੀਤੀ ਗਈ ਸੀ, ਸੋ ਪੁਰਾਤਨ ਪਾਲਕੀ ਸਾਹਿਬ ਨੂੰ ਵੀ ਉਵੇਂ ਹੀ ਸੰਭਾਲ ਕੇ ਰੱਖਿਆ ਗਿਆ। ਅਤੇ ਜਿਹੜੇ ਉੱਪਰਲੇ ਗੁਬੰਦ ਦੇ ਪੱਤਰੇ ਸਨ ਉਹਨਾਂ ਨੂੰ ਵੀ ਉਸੇ ਤਰਤੀਬ ਦੇ ਅਨੁਸਾਰ ਸੰਭਾਲਿਆ ਗਿਆ, ਉਹਨਾਂ ਦੀ ਸਾਂਭ ਸੰਭਾਲ ਕਰਕੇ ਜਾਂ ਜਿਵੇਂ ਵੀ ਉਹਦੀ ਜ਼ਰੂਰਤ ਮਹਿਸੂਸ ਹੋਈ ਉਸੇ ਸ਼ੇਪ ਦੇ ਵਿੱਚ ਹੀ ਉਹ ਦੁਬਾਰਾ ਸਥਾਪਿਤ ਕੀਤੇ ਜਾਣੇ ਨੇ। ਸੋ ਇਹ ਹੇਠਾਂ ਜਿਹੜਾ ਥੜਾ ਸਾਹਿਬ ਸੀ ਜਿੱਥੇ ਆਪਾਂ ਪਹਿਲਾਂ ਸ਼ਾਇਦ ਜੇ ਆਪ ਜੀ ਨੂੰ ਯਾਦ ਹੋਏਗਾ ਕੁਝ ਅਰਸਾ ਪਹਿਲਾਂ ਜਦੋਂ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਾਏ ਸੀ, ਸੋ ਉਸ ਵੇਲੇ ਜੋ ਥੜਾ ਸਾਹਿਬ ਸੀ ਉਹ ਕਿਉਂਕਿ ਹੁਣ ਥੋੜ੍ਹਾ ਜਿਹਾ ਇਸ ਅਸਥਾਨ ਨੂੰ ਉੱਚਾ ਕੀਤਾ ਗਿਆ, ਇਹ ਉਹੀ ਥੜਾ ਸਾਹਿਬ ਹੈ, ਇਹਨੂੰ ਛੇੜਿਆ ਨਹੀਂ ਜਾ ਰਿਹਾ, ਬਸ ਨਾ ਹੀ ਇਹਨੂੰ ਪੁੱਟਿਆ ਜਾਏਗਾ, ਇਹਦਾ ਥੋੜ੍ਹਾ ਜਿਹਾ ਆਕਾਰ ਉੱਚਾ ਕਰਕੇ ਇਹ ਜਿਹੜਾ ਥੜਾ ਸਾਹਿਬ ਹੈ ਇਹਨੂੰ ਇੱਦਾਂ ਹੀ ਸਥਾਪਿਤ ਕਰ ਦਿੱਤਾ ਜਾਏਗਾ। ਅਤੇ ਇਹਦੇ ਪਿਛਲੇ ਪਾਸੇ ਸੰਗਤ ਜੀ ਆਓ ਆਪਾਂ ਉਹ ਵੀ ਆਪ ਜੀ ਇਹਨੂੰ ਦਰਸ਼ਨ ਕਰਵਾ ਦੇਈਏ। ਸੋ ਜਿਹੜਾ ਵਾਰ ਵਾਰ ਆਪਾਂ ਜ਼ਿਕਰ ਕਰਦੇ ਹਾਂ ਜਿੱਤੇ ਰੰਧਾਵੇ ਦਾ ਖੂਹ, ਸੋ ਖੂਹ ਵੀ ਇਸੇ ਸਥਾਨ 'ਤੇ ਹੈ, ਇਹ ਥੜਾ ਸਾਹਿਬ ਸੀ, ਇਹਦੇ ਨਾਲ ਹੈ ਪਿਛਲੇ ਪਾਸੇ ਖੂਹ ਹੈ ਜੀ, ਜਿਹੜਾ ਕਿ ਹੁਣ ਇਸ ਵੇਲੇ ਤਾਂ ਕਿਉਂਕਿ ਬੌਲੀ ਸਾਹਿਬ ਦੇ ਰੂਪ ਦੇ ਵਿੱਚ ਹੈ ਉਹ ਉੱਧਰੋਂ ਦੀ ਆਪਾਂ ਤੱਕ ਸਕਦੇ, ਸੰਗਤਾਂ ਨੀਚੇ ਜਾ ਰਹੀਆਂ ਨੇ ਦਰਸ਼ਨ ਕਰਨ ਵਾਸਤੇ ਜਲ ਲੈਣ ਵਾਸਤੇ, ਸੋ ਪਹਿਲਾਂ ਉੱਧਰ ਦੀ ਸੰਗਤਾਂ ਨੀਚੇ ਜਾ ਕੇ ਇਸ ਜਗ੍ਹਾ ਤੋਂ ਖੂਹ ਤੋਂ ਜਲ ਛਕਦੀਆਂ ਸਨ। ਹੁਣ ਥੋੜ੍ਹੇ ਸਮੇਂ 'ਚ ਜਿੱਦਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਇਹ ਸੇਵਾ ਹੋ ਜਾਏਗੀ, ਸੋ ਇਹ ਜਿਹੜਾ ਸਥਾਨ ਜਿਹੜਾ ਆਪਾਂ ਇਸ ਵਕਤ ਹੈ ਜਿੱਥੇ ਕਿ ਜੇ ਸਿੰਘ ਸਾਹਿਬ ਜਾ ਰਹੇ ਨੇ ਲੰਘਦੇ ਪਏ ਨੇ, ਇਹ ਸਾਰਾ ਖੂਹ ਹੈ ਜੀ ਨੀਚੇ, ਉਹ ਇਤਿਹਾਸਿਕ ਖੂਹ ਜਿੱਤੇ ਰੰਧਾਵੇ ਦਾ ਖੂਹ, ਇਹਨੂੰ ਉਹੀ ਪੁਰਾਤਨ ਜਿਹੜਾ ਆਕਾਰ ਉਹ ਦਿੱਤਾ ਜਾਏਗਾ ਜਿਸ ਨੂੰ ਦੇਖ ਕਰਕੇ ਕਿ ਸਾਨੂੰ ਅੰਦਾਜ਼ਾ ਹੋਏਗਾ ਕਿ ਗੁਰੂ ਨਾਨਕ ਸਾਹਿਬ ਜੀ ਕਿਸ ਖੂਹ ਦੇ ਉੱਪਰ ਆ ਕੇ ਬਿਰਾਜਮਾਨ ਹੋਏ ਸਨ। ਸੋ ਇਹ ਸਾਰੀ ਸੇਵਾ ਜਿਹੜੀ ਹੈ ਇੱਥੇ ਚੱਲਦੀ ਪਈ ਹੈ, ਸਮਾਂ ਚਾਹੇ ਥੋੜ੍ਹਾ ਹੈ, ਜਿਵੇਂ ਆਪਾਂ ਸੁਲਤਾਨਪੁਰ ਲੋਧੀ ਵੀ ਇਹੀ ਗੱਲ ਕੀਤੀ ਸੀ ਕਿ ਸੇਵਾਵਾਂ ਵੱਡੀਆਂ ਨੇ ਪਰ ਸਮਾਂ ਥੋੜ੍ਹਾ, ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਉੱਦਮ ਦੇ ਨਾਲ ਇੱਥੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੀ ਸੇਵਾ ਕਰਦੇ ਪਏ ਨੇ, ਸੋ ਇਹ ਸੇਵਾ ਵੀ ਗੁਰੂ ਸਾਹਿਬ ਕਿਰਪਾ ਕਰਕੇ ਸੰਗਤਾਂ ਪਾਸੋਂ ਲੈ ਰਹੇ ਨੇ। ਸੋ ਇਹ ਖੂਹ ਦੇ ਆਪਾਂ ਆਪ ਜੀ ਨੂੰ ਅੰਦਰ ਚੱਲ ਕੇ ਵੀ ਦਰਸ਼ਨ ਕਰਵਾਉਂਦੇ ਹਾਂ ਜੀ, ਸੋ ਇਹ ਸੇਵਾਦਾਰ ਇੱਥੇ ਬੈਠੇ ਹੋਏ ਨੇ ਜੀ, ਕਿਉਂਕਿ ਕਾਰ ਸੇਵਾ ਜਿਹੜੀ ਹੈ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦੀ ਹੈ ਜੀ, ਸੋ ਇੱਥੇ ਸੇਵਾਦਾਰ ਜਿਹੜੇ ਨੇ ਉਹ ਟੋਕਰੇ ਦੀ ਸੇਵਾ ਦੇ ਉੱਤੇ ਬੈਠੇ ਹੋਏ ਨੇ। ਸੋ ਆਪ ਜੀਆਂ ਨੂੰ ਥੱਲੇ ਚੱਲ ਕੇ ਉਸ ਖੂਹ ਸਾਹਿਬ ਦੇ ਵੀ ਦਰਸ਼ਨ ਕਰਵਾਉਂਦੇ ਹਾਂ। ਇਸ ਵਕਤ ਤਾਂ ਇਹ ਬੌਲੀ ਸਾਹਿਬ ਦੇ ਰੂਪ ਵਿੱਚ ਹੈ, ਉੱਪਰੋਂ ਛੱਤਿਆ ਹੋਇਆ ਹੈ, ਸੋ ਆਓ ਸੰਗਤ ਜੀ ਇਸ ਅਸਥਾਨ ਦੇ ਵੀ ਦਰਸ਼ਨ ਕਰੀਏ। ਇਸ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਪਾਣੀ ਕਰਦੇ ਅਤੇ ਬੈਠ ਕਰਕੇ ਜਿੱਤੇ ਰੰਧਾਵੇ ਦੇ ਨਾਲ ਬੜੀ ਲੰਬੀ ਵਿਚਾਰ ਗੋਸ਼ਟੀ ਹੋਈ ਹੈ ਗੁਰੂ ਨਾਨਕ ਸਾਹਿਬ ਜੀ ਦੀ, ਉਹ ਸਾਰੀ ਇਸ ਧਰਤੀ ਦੇ ਉੱਤੇ ਇਸ ਅਸਥਾਨ ਦੇ ਉੱਤੇ ਹੋਈ। ਸੋ ਸੰਗਤਾਂ ਇਸ ਪਵਿੱਤਰ ਖੂਹ 'ਤੇ ਜਲ ਛਕਦੀਆਂ ਵੀ ਨੇ, ਘਰਾਂ ਨੂੰ ਵੀ ਲੈ ਕੇ ਜਾਂਦੀਆਂ ਨੇ, ਸੋ ਇਹ ਮਹਾਰਾਜ ਜੀ ਦੀਆਂ ਮਿਹਰਾਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾਂ। ਸੋ ਸੰਗਤ ਜੀ ਇਸ ਵਕਤ ਆਪਾਂ ਜਲ ਵੀ ਛਕਦੇ ਹਾਂ ਜੀ, ਅਤੇ ਇੱਧਰ ਹੁਣ ਇਸ ਵਕਤ ਸ਼ੀਸ਼ਾ ਲੱਗਾ ਹੋਇਆ, ਉਹ ਆਪ ਜੀ ਦਰਸ਼ਨ ਕਰ ਸਕਦੇ ਹੋ ਜੇਕਰ ਖੂਹ ਜਿੱਤੇ ਰੰਧਾਵੇ ਦਾ ਖੂਹ, ਜਿਹਨੂੰ ਕਿ ਆਉਂਦੇ ਸਮੇਂ ਦੇ ਵਿੱਚ ਫਿਰ ਉਹੀ ਆਕਾਰ ਦਿੱਤਾ ਜਾਏਗਾ, ਪੁਰਾਤਨ ਦਿੱਖ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾਏਗੀ, ਕਿਉਂਕਿ ਕਰੀਬ 1971-72 ਦੇ ਵਿੱਚ ਜਦੋਂ ਸੇਵਾ ਹੋਈ ਸੀ
ਉਸ ਵਕਤ ਇਸ ਖੂਹ ਨੂੰ ਉੱਪਰੋਂ ਢੱਕ ਦਿੱਤਾ ਗਿਆ ਸੀ ਕਿਉਂਕਿ ਉਸ ਵੇਲੇ ਜਗ੍ਹਾ ਦੀ ਉਸ ਢੰਗ ਦੇ ਨਾਲ ਇਸਤੇਮਾਲ ਕੀਤਾ ਗਿਆ, ਇਹ ਦਰਬਾਰ ਦੇ ਨਾਲ ਹੀ ਜੋੜ ਦਿੱਤਾ ਗਿਆ ਸੀ ਇਸ ਚੀਜ਼ ਨੂੰ। ਸੋ ਹੁਣ ਆਉਂਦੇ ਸਮੇਂ ਵਿੱਚ ਜਿਵੇਂ ਕਿ ਆਪਾਂ ਉੱਪਰ ਤੱਕ ਕੇ ਆਏ ਹਾਂ ਕਿ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਜਿੱਥੇ ਦਰਬਾਰ ਵੱਡੇ ਕੀਤੇ ਗਏ ਨੇ ਉੱਥੇ ਖੂਹ ਜਿਹੜਾ ਹੈ ਉਹ ਪੁਰਾਤਨ ਦਿੱਖ ਜਿਹੜੀ ਹੈ ਉਸਨੂੰ ਪ੍ਰਦਾਨ ਕੀਤੀ ਜਾਏਗੀ। ਸੋ ਇਸ ਮੌਕੇ 'ਤੇ ਜੋ ਲੰਗਰ ਪ੍ਰਸ਼ਾਦੇ ਦੀ ਸਾਰੀ ਸੇਵਾ ਇਹ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ। ਇਹ ਲੰਗਰ ਹਾਲ ਜਿੱਥੇ ਕਿ ਪ੍ਰਸ਼ਾਦਾ ਤਿਆਰ ਹੁੰਦਾ, ਸੋ ਸੇਵਾਦਾਰ ਜੁਟੇ ਹੋਏ ਨੇ ਸੇਵਾ ਦੇ ਵਿੱਚ ਅਤੇ ਇੱਥੋਂ ਤਿਆਰ ਹੋ ਕੇ ਪ੍ਰਸ਼ਾਦਾ ਜੋ ਸਾਹਮਣੇ ਵੱਡਾ ਲੰਗਰ ਹਾਲ ਬਣਿਆ ਹੋਇਆ ਉੱਥੇ ਸੰਗਤਾਂ ਦੇ ਵਾਸਤੇ ਭੇਜਿਆ ਜਾਂਦਾ। ਸੋ ਜਿਹੜੀਆਂ ਸਾਡੀਆਂ ਕਾਰ ਸੇਵਾ ਵਾਲੀਆਂ ਸੰਪਰਦਾਵਾਂ ਨੇ ਇਹ ਜਿੱਥੇ ਕਾਰ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਨੇ, ਗੁਰੂ ਘਰਾਂ ਦੀਆਂ ਉਸਾਰੀਆਂ ਕਰਨੀਆਂ, ਹੋਰ ਪ੍ਰਬੰਧ ਕਰਨੇ, ਸਰਾਵਾਂ ਬਣਾਉਣੀਆਂ, ਉੱਥੇ ਨਾਲ ਹੀ ਨਾਲ ਗੁਰੂ ਕੇ ਲੰਗਰਾਂ ਦੀਆਂ ਬੇਅੰਤ ਸੇਵਾਵਾਂ ਜਿਹੜੀਆਂ ਉਹ ਚੱਲਦੀਆਂ ਨੇ ਅਤੇ ਸੰਗਤਾਂ ਵੀ ਬਹੁਤ ਵੱਧ ਚੜ੍ਹ ਕੇ ਇਹਨਾਂ ਸੇਵਾਵਾਂ ਵਿੱਚ ਹਿੱਸਾ ਪਾਉਂਦੀਆਂ ਨੇ ਅਤੇ ਇਹਨਾਂ ਸੇਵਾਵਾਂ ਦਾ ਲਾਭ ਵੀ ਪ੍ਰਾਪਤ ਕਰਦੀਆਂ ਨੇ ਕਿਉਂਕਿ ਖਾਓ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ। ਸੋ ਇਹ ਗੁਰੂ ਕੇ ਭੰਡਾਰੇ ਇੱਦਾਂ ਹੀ ਵਰਤਦੇ ਨੇ ਜੀ। ਸੋ ਜਿੱਥੇ ਵੀ ਦੀਵਾਨ ਸੱਜਦੇ ਨੇ ਅਤੇ ਆਕਸਥਾਨਾਂ 'ਤੇ ਗੁਰੂ ਕੇ ਲੰਗਰਾਂ ਦੀ ਜਿਹੜੀ ਆ ਵੱਡੀ ਸੇਵਾ ਜਿਹੜੀ ਆਰੰਭ ਹੋ ਜਾਂਦੀ ਹੈ, ਇੱਥੇ ਵੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਜਿੱਥੇ ਕਿ ਕਾਰ ਸੇਵਾ ਚੱਲਦੀ ਪਈ ਹੈ ਉੱਥੇ ਹੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਵੱਲੋਂ ਜੋ ਹੈ ਲੰਗਰ ਦੀ ਸੇਵਾ ਵੀ ਚਲਾਈ ਜਾ ਰਹੀ ਹੈ। ਬੜੇ ਵੱਡੇ ਪੱਧਰ 'ਤੇ ਇਹ ਸੇਵਾਵਾਂ ਚੱਲ ਰਹੀਆਂ ਜੀ। ਇਹ ਜੋ ਲੰਗਰ ਹਾਲ ਹੈ ਕਾਫੀ ਵੱਡਾ ਲੰਗਰ ਹਾਲ ਇੱਥੇ ਤਿਆਰ ਹੋਇਆ ਅਤੇ ਇਹ ਸਾਰਾ ਜਿਵੇਂ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਆ ਕੇ ਜੁੜ ਬੈਠ ਕੇ ਲੰਗਰ ਛਕਦੀਆਂ ਹੋਈਆਂ। ਸੋ ਇਹ ਸਾਰੇ ਪ੍ਰਬੰਧ ਜਿਹੜੇ ਨੇ ਮੈਂ ਸਮਝਦਾ ਕਿ ਹੁਣ ਜੋ 550 ਸਾਲਾ ਸ਼ਤਾਬਦੀ ਆ ਰਹੀ ਹੈ ਉਸ ਮੌਕੇ ਵੀ ਇਹਨਾਂ ਦੀ ਬਹੁਤ ਜ਼ਰੂਰਤ ਪਏਗੀ। ਸੋ ਇੱਥੇ ਲੰਗਰ ਹਾਲ ਵੀ ਕਾਫੀ ਵੱਡਾ ਬਣ ਚੁੱਕਾ, ਦੀਵਾਨ ਹਾਲ ਵੀ ਆਪਾਂ ਦੇਖਿਆ ਕਾਫੀ ਵੱਡਾ ਬਣ ਚੁੱਕਾ ਹੈ, ਸਰਾਮ ਵੀ ਬਣੀ ਹੋਈ ਹੈ ਅਤੇ ਜੋ ਦਰਬਾਰ ਜੋ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਜਿਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਜੀ ਦੀ ਉਹ ਪਵਿੱਤਰ ਗਾਗਰ ਜਿਹੜੀ ਹੈ ਉਹਨਾਂ ਦੀ ਵਿਭੂਤੀ ਦੀ ਉਹ ਬਿਰਾਜਮਾਨ ਹੈ। ਸੋ ਉੱਥੋਂ ਦੀ ਸੇਵਾ ਅਜੇ ਚੱਲਦੀ ਪਈ ਹੈ। ਸੋ ਬਾਕੀ ਹੋਰ ਹਾਲ ਇੱਥੋਂ ਦਾ ਅਸੀਂ ਆਪ ਸੰਗਤਾਂ ਦੇ ਨਾਲ ਅੱਗੋਂ ਸਾਂਝਾ ਕਰਦੇ ਹਾਂ ਜੀ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋ ਕਿਛ ਨਾਹੀ ਜਮ ਨਹੀਂ ਤੇਰੇ ਸੇਵਕ ਕੋ ਚੁਣਾਗੀ ਜਮ ਨਹੀਂ ਆਵੇ ਜਮ ਨਹੀਂ ਆਵੇ ਤੇਰੇ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਾਲ ਰਾਖੀ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਾਲ ਰਾਖੀ ਮੇਰੀ ਜਿਨ ਕਾਲ ਰਾਖੀ ਮੇਰੀ। ਸ਼ੁਕਰਾਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਤਮਾਮ ਸਿੱਖ ਸੰਗਤਾਂ ਦੇ ਮਸ਼ਕੂਰ ਹਾਂ। ਸਨਮਾਨਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ, ਸਪੁੱਤਰ ਮਰਹੂਮ ਸ਼ਖਸੀਅਤ, ਮਹਾਨ ਪੰਥਕ ਸ਼ਖਸੀਅਤ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਜਿਹੜੇ ਇਸ ਅਰਦਾਸ ਸਮਾਗਮ ਦੇ ਫਾਊਂਡਰ ਨੇ,
ਐਸੇ ਸਮਾਗਮ ਤੁਸੀਂ ਸ਼ਿਰਕਤ ਕਰ ਰਹੇ ਹੋ। ਖੁਸ਼ ਆਮਦੀਦ ਜੀ ਆਇਆਂ ਨੂੰ। ਆਪ ਸਾਹਿਬ ਜੀ ਦੇ ਸ਼ੁਕਰਗੁਜ਼ਾਰ, ਆਪ ਜੀ ਨੇ ਸਾਨੂੰ ਹਾਜ਼ਰੀ ਭਰਨ ਲਾਇਕ ਸਮਝਿਆ ਹੈ। ਜਿਤਨੇ ਵੀ ਇੱਥੇ ਮੁਅੱਜ਼ਜ਼ ਮਹਿਮਾਨ ਪੁੱਜੇ ਨੇ, ਚਾਹੇ ਉਹ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ, ਸਭ ਦੇ ਸ਼ੁਕਰਗੁਜ਼ਾਰ ਹਾਂ। ਸਾਰੇ ਪੰਥਕ ਸ਼ਖਸੀਅਤਾਂ ਨੇ, ਸਾਰੇ ਗੁਰੂ ਨਾਲ ਪਿਆਰ ਕਰਨ ਵਾਲੇ ਨੇ, ਸਾਰੇ ਹੀ ਦੁਆ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਏ ਨੇ, ਸਾਰੇ ਹੀ ਅਰਦਾਸ ਦੁਆ 'ਤੇ ਭਰੋਸਾ ਰੱਖਦੇ ਨੇ। ਨਾਲ ਹੀ ਸਨਮਾਨਯੋਗ ਸਟੇਜ ਦੇ ਬਹੁਤ ਹੀ ਦਬੰਗ ਬੁਲਾਰੇ, ਸਨਮਾਨਯੋਗ ਭਗਵਾਨ ਸਿੰਘ ਜੀ ਜੌਲ, ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ। ਗੁਰੂ ਕੇ ਕੀਰਤਨੀਏ, ਗੁਰੂ ਕੇ ਵਜ਼ੀਰ, ਸਭਨਾਂ ਦੇ ਸ਼ੁਕਰਗੁਜ਼ਾਰ ਹਾਂ। ਇਤਨੀ ਹਾਜ਼ਰੀ ਪ੍ਰਵਾਨ ਕਰਨਾ ਭੁੱਲ ਚੁੱਕ ਦੇਖੇ ਮੈਂ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮੋਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸਿਧੀ ਮਨ ਵਜਿਆ ਬਰਾਇਆ, ਰਾਗ ਤੁਮ ਪਰਵਾੜ ਪਰੀਆਂ ਸ਼ਬਦ ਗਾਵਣ ਆਉਣੀਆਂ, ਸ਼ਬਦੋ ਥਕਾਵੋ ਕਰੀ ਖੇਰਾ ਮਨ ਜਿਨੀ ਵਸਾਇਆ, ਕਹੇ ਨਾ ਕਾਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਾਰੋ ਹਰਨਾਲੇ, ਹਰਨਾਲੋ ਤੂੰ ਮਨ ਮੇਰੇ ਦੂਖ ਸਭ ਸਾਰ, ਅੰਗੀਕਾਰੋ ਖਰੇ ਤੇਰਾ ਕਾਰਜ ਸਭ ਸਵਾਰ, ਸਭਨਾ ਗੱਲਾਂ ਸਮਰੱਥ ਸੁਆਮੀ ਸੁਖਮੋ ਸਾਰੇ, ਨਾਨਕ ਮਨ ਮੇਰੇ ਸਾਰੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਜਿਨੈ ਜਿਸ ਦੇ ਹੀ ਸੋ ਪਾਵੇ, ਸਦਾ ਸਿਵ ਸਰਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨਥੇ ਮਨ ਵਸਿਆ ਬਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਨ ਪੁਖਾਂ ਸਭ ਕਮਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਹਰ ਕੇ ਲਾਗੇ, ਨਾਨਕ ਤੈਂ ਸੁਹਾਤ ਕਰਿਆ ਨਾ ਦਵਾਜੇ, ਅੰਦ ਸੁਣੋ ਵਡ ਭਾਗਿਓ ਸਗਮੋਤ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੁਣਦਾ ਪੁੱਤਰੀ ਸੁਣੀ ਸੱਚੀ ਬਾਣੀ, ਸਾਧਨ ਪੈ ਸਰਸੇ ਪੂਰੇ ਗੁਣ ਤੇ ਜਾਣੀ, ਸੁਣਤੇ ਪਨੀਤ ਕਹਤੇ ਸਤਿਗੁਰ ਰਹਿਆ ਪਰ ਪੂਰੀ, ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ, ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ, ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਪ੍ਰਿਆਈਆਂ ਵਾਚੇ ਤ੍ਰਿ ਮਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਖਾ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਰਥਾਂ ਭਗਵਤੀ ਸਿਮਰ ਕਾ ਗੁਰੂ ਨਾਨਕ ਨੇ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆਏ, ਘਰ ਨੋ ਨਿਦਿਆਵਤ ਆਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕ ਬੋਲੋ ਜੀ ਵਾਹਿਗੁਰੂ।
ਹਿਨ ਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਉਟਿਆਂ ਦੀ ਉੱਟ ਆਸਰਿਆਂ ਦਾ ਆਸਰਾ ਕਰਨ ਕਾਰਨ ਪਤਤ ਪਾਵਨ ਕਿਰਪਾ ਨਿਧਾਨ ਵਾਹਿਗੁਰੂ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਧੰਨ ਧੰਨ ਦਸਾਹੀ ਪਾਤਸ਼ਾਹੀਆਂ ਦੀ ਪਵਿੱਤਰ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮੁੱਚੀ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਦੀਨ ਦਿਆਲ ਸਤਿਗੁਰੂ ਜੀਓ ਧੰਨ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੀ ਮੰਗ ਕਰਦਿਆਂ ਹੋਏ ਆਪ ਜੀ ਦੇ ਦਰੋਂ ਘਰੋਂ ਗੁਰੂ ਸਾਹਿਬ ਹੋਏ ਗੁਰਮੁਖ ਪਿਆਰੇ ਟਹਿਲੀਏ ਸੱਚਖੰਡ ਵਾਸੀ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਕੌਮ ਦੇ ਪੰਥ ਦੇ ਨਿਧੜਕ ਜਰਨੈਲ ਜਿਨ੍ਹਾਂ ਵੱਲੋਂ ਪਾਤਸ਼ਾਹ ਜੀਓ ਇੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਵਲਾਸੀ ਸੰਸਥਾ ਤਿਆਰ ਕੀਤੀ ਗਈ ਸੀ ਉਹਨਾਂ ਦੀ ਅਗਵਾਈ ਕਰਦਿਆਂ ਲਵੇਰਾ ਸਮਾਨ ਜਥੇਦਾਰ ਜੀ ਨੇ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਿਆ ਜੀ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰੂ ਨਾਨਕ ਕੀ ਵਡਿਆਈ ਸਤਿਗੁਰੂ ਜੀਓ ਆਪ ਜੀ ਦੀ ਰਹਿਮਤ ਦਇਆ ਹੋਈ ਅਰਦਾਸਾਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਆਪ ਜੀ ਨੇ ਮਹਾਨ ਕਿਰਪਾ ਕਰਕੇ ਦੋਨਾਂ ਹੀ ਮੁਲਕਾਂ ਦੇ ਸਰਕਾਰਾਂ ਵਿੱਚ ਵਿਚਰ ਕੇ ਪਾਤਸ਼ਾਹ ਜੀਓ ਦੋਨਾਂ ਮੁਲਕਾਂ ਦੇ ਸਦਭਾਵਨਾ ਬਣਾਈ ਹੈ ਅਤੇ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦੀ ਸ਼ੁਰੂਆਤ ਹੋਈ ਹੈ ਗੁਰਦੇਵ ਪਿਤਾ ਜੀਓ ਇਸ ਮਹਾਨ ਸ਼ੁਰੂਆਤ ਨੂੰ ਸਮਰਪਿਤ ਆਪ ਜੀ ਦੇ ਦਰੋਂ ਘਰੋਂ ਵਰਸਾਈ ਹੋਈ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਵਲਾਸੀ ਸੰਸਥਾ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਜੋ ਮੌਜੂਦਾ ਸੇਵਾਦਾਰ ਹਨ ਸਮੁੱਚੀ ਸੰਸਥਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਪ ਜੀ ਦੀ ਮਹਾਨ ਛਤਰ ਛਾਇਆ ਹੇਠ ਇਸ ਲਾਂਘੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ ਸਮਾਗਮ ਅੰਦਰ ਢਾਡੀ ਜਥਿਆਂ ਵੱਲੋਂ ਗੁਰ ਇਤਿਹਾਸ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ ਮਿਹਰ ਕਰਨੀ ਦਇਆ ਕਰਨੀ ਬਾਣੀ ਪੜ੍ਹੀ ਸੁਣੀਦਾਰ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੁੱਚੀ ਸੰਸਥਾ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣ ਦੀ ਕਿਰਪਾਲਤਾ ਕਰਨੀ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਰਹਿਮਤਾਂ ਕਰਕੇ ਜੋ ਇਸ ਲਾਂਘੇ ਵਾਸਤੇ ਰਹਿੰਦੇ ਕਾਰਜ ਨੇ ਆਪ ਜੀ ਨੇ ਅੰਗ ਸੰਗ ਹੋ ਕੇ ਸਹਾਇਤਾ ਕਰਕੇ ਸਾਰੇ ਪ੍ਰੋਜੈਕਟ ਨੂੰ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਾਰਿਆਂ ਦੇ ਪਰਿਵਾਰੀ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਜੀਓ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਜੋ ਉਦਮਾ ਸਦਕਾ ਇਹ ਮਹਾਨ ਕਾਰਜ ਹੋਏ ਨੇ ਰਹਿਮਤਾਂ ਕਰਨੀਆਂ ਕਾਰਜਾਂ ਦੀ ਸੰਪੂਰਨਤਾ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰਾ ਦੀਵਾਨ ਦੀ ਸਮਾਪਤੀ ਦੀ ਕੀ ਅਰਦਾਸ ਸ਼ਬਦ ਕੀਰਤਨ ਆਨੰਦ ਸਾਹਿਬ ਦੀ ਕੀ ਅਰਦਾਸ ਕੜਾਹਾ ਪ੍ਰਸ਼ਾਦੀ ਦੇ ਗਹਾਦਰ ਹਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਆਪਣਾ ਪਾਵਨ ਫਰਮਾਨ ਬਖਸ਼ੋ ਸਮੁੱਚੀ ਸੰਸਥਾ ਆਈਆਂ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਨਿਆਲ ਜੀ ਦਾ ਨਾਮ ਚੇਤੇ ਆਵੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈਆ ਕਾਲ ਕੀ ਤਬਹਿ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਦੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬੋਲੇ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਹੀ ਸਮਾਗਮ ਜਿਹੜਾ ਹੈ ਉਹਦੀ ਸਮਾਪਤੀ ਹੋਈ ਹੈ, ਆਪਾਂ ਦੇਖ ਸਕਦੇ ਹਾਂ ਕਿ ਸੇਵਾ ਵੀ ਸ਼ੁਰੂ ਹੋ ਗਈ ਹੈ। ਆਹ ਇਲਾਕੇ ਦੇ ਨੌਜਵਾਨ ਆਪਣੀ ਇੱਟਾਂ ਦੀ ਸੇਵਾ ਕਰਨੀ ਸ਼ੁਰੂ ਹੋ ਗਈ ਹੈ ਜੀ। ਸੋ ਇੱਥੇ ਦੀ ਸੰਗਤ ਦਾ ਆਪ ਜੀ ਦੇ ਨਾਲ ਪਹਿਲਾਂ ਵੀ ਸਾਂਝ ਕੀਤੀ ਸੀ ਕਿ ਬੜਾ ਇਸ ਸਥਾਨ ਦੇ ਨਾਲ ਸਾਂਝ ਹੈ। ਵੈਸੇ ਤਾਂ ਹਰ ਜਗ੍ਹਾ 'ਚ ਸਾਂਝ ਹੁੰਦੀ ਹੈ, ਪਰ ਇੱਥੇ ਦੀ ਸਾਂਝ ਕੁਝ ਇਸ ਢੰਗ ਦੀ ਹੈ ਕਿ ਜਿਹੜੇ ਬਾਜ਼ਾਰ ਦੇ ਵਿੱਚ ਕਾਰੋਬਾਰ ਕਰਨ ਵਾਲੀਆਂ ਸਿੰਘਣੀਆਂ ਨੇ ਉਹ ਜਦੋਂ ਆਪਣੀ ਕਾਰੋਬਾਰ ਵਧਾਉਂਦੇ ਨੇ ਉੱਥੋਂ ਆਣ ਕੇ ਫਿਰ ਸੇਵਾ 'ਚ ਲੱਗ ਜਾਂਦੇ, ਕਈ ਵਾਰੀ ਰਾਤ 10-11 ਵਜੇ ਤੱਕ ਵੀ ਸੇਵਾ 'ਚ ਲੱਗੇ ਰਹਿੰਦੇ ਨੇ। ਅਤੇ ਜਿਹੜੇ ਪਿੰਡਾਂ ਤੋਂ ਸੰਗਤ ਹੁੰਦੀ ਉਹ ਦਿਨੇ ਸੇਵਾ ਕਰਦੀ ਹੈ। ਇੱਕ ਹੋਰ ਬੜੀ ਸੋਹਣੀ ਇੱਥੇ ਸੇਵਾ ਦੇ ਪ੍ਰਥਾ ਇੱਕ ਗੱਲ ਜੋ ਸਾਡੇ ਸਾਹਮਣੇ ਆਈ ਕਿ ਇੱਥੇ ਜਿਹੜੀਆਂ ਇੱਟਾਂ ਵੀ ਆਉਂਦੀਆਂ ਨੇ ਉਹ ਇੱਕ ਕਿੱਟ ਦਾ ਇਸ਼ਨਾਨ ਕਰਾਇਆ ਜਾਂਦਾ। ਸੋ ਇਸ ਗੱਲ ਨੂੰ ਲੱਗੀਆਂ ਵਾਲੇ ਤਾਂ ਸਮਝ ਸਕਦੇ ਨੇ, ਪਰ ਹੋ ਸਕਦਾ ਕਈਆਂ ਨੂੰ ਲੱਗੇ ਕਿ ਇੱਕ ਫਾਲਤੂ ਜਿਹੀ ਚੀਜ਼ ਹੈ, ਪਰ ਇਹ ਗੁਰੂ ਦੇ ਨਾਲ ਆਪਣਾ ਪਿਆਰ ਇਜ਼ਹਾਰੇ ਮੁਹੱਬਤ ਆਪਾਂ ਇਹਨੂੰ ਕਹਿ ਸਕਦੇ ਹਾਂ। ਸੋ ਇੱਥੋਂ ਦੀਆਂ ਸੰਗਤਾਂ ਨੂੰ ਇਹ ਅਸੀਸ ਪ੍ਰਾਪਤ ਹੈ। ਇਹ ਜਿਹੜੀ ਮਿੱਟੀ ਹੈ, ਇਸ ਮਿੱਟੀ ਦਾ ਜਿਹੜੇ ਖਾਂਦੇ ਨੇ ਉਹਨਾਂ ਦੇ ਅੰਦਰ ਕੁਦਰਤੀ ਇੱਕ ਸ਼ਰਧਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਇਸ ਰਸਤੇ ਪਤਾ ਨਹੀਂ ਕਿੰਨੀ ਵਾਰੀ ਗੁਜ਼ਰੇ ਹੋਣਗੇ, ਕਿੰਨੀ ਵਾਰੀ ਉਹਨਾਂ ਦੀ ਚਰਨ ਛੋਹ ਇਸ ਧਰਤੀ ਨੂੰ ਪ੍ਰਾਪਤ ਹੋਈ ਅਤੇ ਇਸ ਧਰਤੀ ਦੇ ਜੰਮਪਲ ਜਿਹੜੇ ਨੇ ਉਹਨਾਂ ਦੇ ਅੰਦਰ ਐਸਾ ਪਿਆਰ ਸਤਿਗੁਰਾਂ ਦਾ ਬਖਸ਼ਿਸ਼ ਹੈ। ਉਹ ਇੱਕ ਇੱਕ ਇੱਟ ਉਹਦਾ ਇਸ਼ਨਾਨ ਕਰਕੇ ਫਿਰ ਉਹਨੂੰ ਅੱਗੇ ਭੇਜਦੇ ਨੇ ਜਿੱਥੇ ਚਿਣਾਈ ਹੋਣੀ ਹੈ। ਸੋ ਬੇਅੰਤ ਸੰਗਤਾਂ ਦੇ ਵਿੱਚ ਪਿਆਰ ਹੈ, ਬੇਅੰਤ ਸ਼ਰਧਾ, ਅਤੇ ਤੁਸੀਂ ਵੀ ਜ਼ਰੂਰ ਆਣ ਕੇ ਇਹਨਾਂ ਸਮਿਆਂ ਦੇ ਵਿੱਚ ਆਪਣਾ ਬਣਦਾ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੋ ਜੀ। ਸੋ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ, ਸਾਡੇ ਨਾਲ ਬਹੁਤ ਹੀ ਜਾਣੀ ਪਹਿਚਾਣੀ ਹਸਤੀ ਸਰਦਾਰ ਭਗਵਾਨ ਸਿੰਘ ਜੌਹਲ ਸਾਹਿਬ, ਬੜੇ ਵਿਦਵਾਨ ਨੇ ਅਤੇ ਸਟੇਜ ਦੇ ਧਨੀ ਨੇ, ਇਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਸੋ ਜੌਹਲ ਸਾਹਿਬ ਇਸ ਵਕਤ ਕੁਝ ਬਚਨ ਆਪ ਜੀ ਵੀ ਸੰਗਤਾਂ ਨਾਲ ਸਾਂਝੇ ਕਰੋ। ਸਤਿਗੁਰੂ ਜਦੋਂ ਨਦਰੇ ਰਹਿਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਗੁਰ ਸੇਵਾ 'ਤੇ ਸੁੱਖ ਪਾਈ ਹੈ, ਹੋਰ 'ਤੇ ਸੁੱਖ ਨਾ ਪਾਲ, ਇੱਕ ਨਿਸ਼ਚਾ ਸੀ ਜਦੋਂ ਕੁਲਦੀਪ ਸਿੰਘ ਬਡਾਲਾ ਸਾਹਿਬ ਦਾ, ਔਰ ਖਾਸ ਕਰਕੇ ਇਸ ਕਰਤਾਰਪੁਰ ਦੇ ਲਾਂਘੇ ਲਈ, ਔਰ ਅਰਦਾਸਾਂ ਨਹੀਂ ਸਨ ਉਤਰਲੇ ਸਨ, ਲਗਾਤਾਰ 17-18 ਸਾਲ ਚੱਲੇ ਉਤਰਲੇ, ਉਹਨਾਂ ਦਾ ਸਿੱਟਾ ਨਿਕਲਿਆ ਕਿ ਅੱਜ ਦੋਨਾਂ ਦੇਸ਼ਾਂ ਦੇ ਜਿਹੜੇ ਸਾਡੇ ਹਕੂਮਤ ਰਾਨ ਮੁਖੀ ਨੇ ਉਹਨਾਂ ਦੀ ਮੱਤ ਆਈ, ਉਹਨਾਂ ਨੂੰ ਸਮੱਤ ਸਤਿਗੁਰੂ ਨੇ ਦਿੱਤੀ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਔਰ ਉਹਦੀ ਵਡਿਆਈ ਹੈ ਗੁਰੂ ਨਾਨਕ ਸਾਹਿਬ ਦੀ ਕਿ ਅੱਜ ਲਾਂਘਾ ਬਣ ਰਿਹਾ, ਔਰ ਉਹਦੇ ਲਈ ਸ਼ੁਕਰਾਨਾ ਸਮਾਗਮ ਕੀਤਾ। ਸ਼ੁਕਰਾਨੇ ਸਮਾਗਮ 'ਤੇ ਦੇਸ਼ ਵਿਦੇਸ਼ ਦੀ ਸੰਗਤ, ਖਾਸ ਕਰਕੇ ਸਾਰੇ ਯੂਰਪ ਦੀ ਸੰਗਤ, ਯੂਕੇ ਦੀ ਸੰਗਤ, ਕੈਨੇਡਾ, ਅਮਰੀਕਾ ਦੀ ਸੰਗਤ, ਸਾਰੀ ਸੰਗਤ ਬੜੇ ਸਮੇਂ ਤੋਂ ਚਾਹੁੰਦੀ ਸੀ, ਔਰ ਪੰਜਾਬ ਦੀ ਸੰਗਤ ਵੀ ਚਾਹੁੰਦੀ ਸੀ ਇਹ ਲਾਂਘਾ ਬਣੇ। ਅੱਜ ਸਤਿਗੁਰੂ ਨੇ ਰਹਿਮਤ ਕੀਤੀ ਹੈ ਸਿੱਖਾਂ 'ਤੇ, ਮੈਂ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਾ। ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਇਹ ਕਾਰਜ ਸਿਰੇ ਚੜ੍ਹਨ, ਉਹਦੇ ਲਈ ਅੱਜ ਸ਼ੁਕਰਾਨਾ ਸਮਾਗਮ ਕੀਤਾ ਗਿਆ। ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਿਹੜੇ ਜੋਗ ਸਪੁੱਤਰ ਨੇ ਜਦਰ ਕੁਲਦੀਪ ਸਿੰਘ ਬਡਾਲਾ ਸਾਹਿਬ ਜੀ ਦੇ, ਉਹਨਾਂ ਦੀ ਅਗਵਾਈ 'ਚ ਹੋਇਆ, ਔਰ ਇਸ ਸੰਸਥਾ ਦੀ ਅਗਵਾਈ 'ਚ ਹੋਇਆ ਜਿਸ ਸੰਸਥਾ ਨੇ ਚੜ੍ਹਦੀ ਕਲਾ ਨਾਲ ਕਾਰਜ ਕੀਤਾ ਔਰ ਅਰਦਾਸਾਂ ਕੀਤੀਆਂ, ਗੁਰੂ ਸਾਹਿਬ ਨੇ ਸਾਡੀ ਅਰਦਾਸ ਸੁਣ ਲਈ ਹੈ। ਸੋ ਸਾਰੀ ਸੰਗਤ ਨੂੰ ਵਧਾਈ ਦਿੰਦਾ ਹੋਇਆ ਫਤਿਹ ਅਰਜ਼ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਰਦਾਸ ਕੀਤੀ ਜਾ ਰਹੀ ਹੈ, ਸ਼ੁਕਰਾਨਾ ਕੀਤਾ ਜਾ ਰਿਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਉੱਥੇ ਸਾਡੇ ਨਾਲ ਇਸ ਵੇਲੇ ਸਰਦਾਰ ਕੁਲਦੀਪ ਸਿੰਘ ਵਡਾਲਾ ਜੀ ਦੇ ਬੜੇ ਪੁਰਾਣੇ ਸਾਥੀ, ਕਰੀਬ 40 ਸਾਲ ਜਿਨ੍ਹਾਂ ਨੇ ਉਹਨਾਂ ਦੇ ਨਾਲ ਸੇਵਾ ਕੀਤੀ, ਸਰਦਾਰ ਅਵਤਾਰ ਸਿੰਘ ਜੀ, ਇਹਨਾਂ ਪਾਸੋਂ ਕੁਝ ਬਚਨ ਆਪ ਜੀ ਨਾਲ ਸਾਂਝੇ ਕਰਾਉਂਦੇ। ਸਰਦਾਰ ਸਾਹਿਬ
ਜੋ ਅੱਜ ਇਹ ਸ਼ੁਕਰਾਨਾ ਕੀਤਾ ਜਾ ਰਿਹਾ, ਅਰਦਾਸਾਂ ਕੀਤੀਆਂ ਜਾ ਰਹੀਆਂ, ਕੁਝ ਬਚਨ ਆਪ ਜੀ ਵੀ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਸਨ। ਇਹ ਜੋ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਕੋਰੀਡੋਰ ਦਾ ਰਸਤੇ ਦਾ ਫੈਸਲਾ ਹੋਇਆ, ਇਹਦਾ ਸਾਰਾ ਸਿਹਰਾ ਜਥੇਦਾਰ ਕੁਲਦੀਪ ਸਿੰਘ ਜੀ ਬਟਾਲਾ ਨੂੰ ਜਾਂਦਾ। ਉਹ ਇਹਨੇ ਧੜਕ ਸਨ ਕਿ ਸਾਡੇ ਕਈ ਵਾਰੀ ਕਹਿਣ 'ਤੇ ਵੀ ਅਸੀਂ ਵੀ ਕਹੀਏ ਦਿਲ ਛੱਡ ਜਾਣਾ ਕਿ ਪਤਾ ਨਹੀਂ ਇਹ ਦੋਵਾਂ ਦੇਸ਼ਾਂ ਦਾ ਮਸਲਾ ਬਣਨਾ ਕਿ ਨਹੀਂ ਬਣਨਾ, ਪਰ ਉਹ ਇਹੋ ਜਿਹੀ ਸ਼ਖਸੀਅਤ ਹਨ, ਉਹ ਕਹਿੰਦੇ ਜਥੇਦਾਰ ਜਿਗਰਾ ਰੱਖੋ, ਚਿੰਤਾ ਨਾ ਕਰੋ, ਇਹ ਰਸਤਾ ਜ਼ਰੂਰ ਮਿਲੇਗਾ। ਜਿੱਥੇ ਰਸਤੇ ਦੀ ਗੱਲ ਸੀ ਉੱਥੇ ਉਹਨਾਂ ਦੇ ਮਨ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਮੁਹੱਬਤ, ਤਾਂ ਕਿ ਜੋ ਕਲੱਤਣ ਹੈ ਲੜਾਈਆਂ ਦੇ ਨਾਲ ਸਾਰੇ ਮਸਲੇ ਹੱਲ ਨਹੀਂ ਹੁੰਦੇ, ਉਹਨਾਂ ਦੇ ਮਨ ਦੀ ਇੱਛਾ ਇਹ ਸੀ ਕਿ ਜੋ ਜੰਗਾਂ ਦੇ ਨਾਲ ਮਸਲੇ ਹੱਲ ਨਾ ਹੋਣ ਵਾਲੇ ਹੱਲ ਜਿਹੜੇ ਉਹ ਗੱਲਬਾਤ ਨਾਲ ਕੀਤੇ ਜਾਣ, ਤਾਂ ਕਿ ਪੰਜਾਬ ਜਿਹੜਾ ਇਹਨੂੰ ਜਿੱਥੇ ਸੰਤਾਪ ਭੋਗਣਾ ਪੈ ਰਿਹਾ ਹਰ ਪੱਖ ਤੋਂ, ਕਿਸਾਨੀ ਨੂੰ ਘਾਟਾ ਲੱਗ ਰਿਹਾ, ਕਿ ਪਾਕਿਸਤਾਨ ਨਾਲ ਸਾਡੇ ਸਹੀ ਹਾਲਾਤ ਬਣ ਜਾਣ ਅਤੇ ਪੰਜਾਬ ਸੋਨੇ ਦੀ ਚਿੜੀਆ ਬਣ ਸਕਦੀ ਹੈ। ਇਹ ਇਕੱਲਾ ਰਸਤਾ ਨਹੀਂ ਸੀ ਉਹਨਾਂ ਦੇ ਮਨ ਵਿੱਚ, ਇਹ ਬਹੁਤ ਵੱਡੀ ਭਾਵਨਾ ਸੀ ਕਿ ਲੜਾਈਆਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਭਾਵਨਾ ਬਣੇ, ਤਾਂ ਮੈਂ ਸਮਝਦਾ ਉਹਨਾਂ ਦੀ ਇਹ ਬੜੀ ਵੱਡੀ ਦੂਰਦੇਸ਼ੀ ਦੇ ਮਾਲਕ ਸਨ। ਜਥੇਦਾਰ ਕੁਲਦੀਪ ਸਿੰਘ ਜੀ ਬਰਾਲਾਬਾਦ ਦਾ ਲੀਡਰ, ਜੇ ਬਈ ਇਹ ਕੰਮ ਅੱਜ ਤੱਕ ਤੁਹਾਡੇ ਵਿੱਚ ਹੈ ਨਹੀਂ, ਮੇਰਾ ਮਨ ਭਰਦਾ ਉਹਦਾ ਦਾਲ ਲੈ ਕੇ ਗੱਲ ਕਰ ਲੱਗਿਆ, ਕਿਉਂਕਿ ਮੈਨੂੰ ਉਹਨਾਂ ਦੇ ਦਿਲੋਂ ਬਹੁਤ ਨੇੜੇ ਹੋ ਗਏ ਦੇਖਣ ਦਾ ਮੌਕਾ ਮਿਲਿਆ। ਉਹ ਜੋ ਕਹਿੰਦੇ ਸਨ ਕਰਦੇ ਸਨ, ਬੋਲਦੇ ਨਹੀਂ ਕਿਸੇ ਗੱਲ ਤੋਂ, ਉਮੀਦ ਕਰਕੇ ਮੈਂ ਉਹਨਾਂ ਦਾ ਨਾਂ ਲਈ ਜਦੋਂ ਗੱਲ ਕਰਦਾ ਮੇਰਾ ਮਨ ਭਰਿਆ ਹੁੰਦਾ, ਇੱਦਾਂ ਦੇ ਜਨੈਲ ਮਿਲ ਨਹੀਂ ਸਕਦੇ। ਸੋ ਬਿਲਕੁਲ ਸੰਗਤ ਜੀ ਵੇਖੋ, ਇਹ ਸੱਚੀਆਂ ਸ਼ਰਧਾਂਜਲੀਆਂ ਹੁੰਦੀਆਂ ਕਿਸੇ ਵਿਛੜੀ ਹੋਈ ਮਹਾਨ ਆਤਮਾ ਨੂੰ ਯਾਦ ਕਰਕੇ, ਜੇ ਉਹਨਾਂ ਦੇ ਸਾਥੀਆਂ ਦੇ ਮਨ ਅੱਜ ਵੀ ਭਰਦੇ ਪਏ ਨੇ, ਇਹਦਾ ਮਤਲਬ ਕਿ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਉਹ ਖਿੱਚ ਸੀ। ਸੋ ਇਹ ਸਾਡੇ ਸਾਹਮਣੇ ਆ, ਸਾਡੇ ਨਾਲ ਸਰਦਾਰ ਗੁਰਜਿੰਦਰ ਸਿੰਘ ਜੀ ਜੋ ਕਿ ਭਤੀਜੇ ਨੇ ਸਰਦਾਰ ਕੁਲਦੀਪ ਸਿੰਘ ਵਡਾਲਾ ਜੀ ਦੇ ਨਾਲ, ਕਰਤਾਰਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਵੀ ਨੇ, ਤੁਸੀਂ ਵੀ ਸਰਦਾਰ ਸਾਹਿਬ ਕੁਝ ਬਚਨ ਅੱਜ ਦੇ ਮੌਕੇ ਤੇ ਸਾਂਝੇ ਕਰੀਏ। ਮੈਂ ਬਹੁਤ ਧੰਨਵਾਦੀ ਦਾ ਸ਼ੁਕਰਗੁਜ਼ਾਰ ਹਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਦਾ, ਜਿਨ੍ਹਾਂ ਨੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਬਹੁਤ ਪੁਰਾਣੇ ਸਾਥੀ ਸੀ ਔਰ ਪੰਥਕ ਸੋਚ ਧਾਰਮਿਕ ਰੁਚੀ ਦੇ ਇਨਸਾਨ ਸੀ, ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਅਕਾਲੀ ਦਲ ਦੇ ਵਿੱਚ ਰਹਿ ਕੇ ਪੰਥ ਦੀ ਸੇਵਾ ਕੀਤੀ ਆ, ਪਾਰਟੀ ਦੀ ਸੇਵਾ ਕੀਤੀ ਔਰ ਸਿੱਖ ਕੌਮ ਦੀ ਵੀ ਸੇਵਾ ਕੀਤੀ ਨਾਲ। ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਬਹੁਤ ਪਹਿਲਾਂ ਅਰਦਾਸ ਸ਼ੁਰੂ ਕੀਤੀ ਸੀ, ਉਹ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਉਹ ਹਮੇਸ਼ਾ ਆ ਕੇ ਇੱਥੇ ਅਰਦਾਸ ਕਰਦੇ ਸੀ ਔਰ ਉਹਨਾਂ ਦੀ ਡੈਥ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਇਹ ਜਿਹੜਾ ਖੁੱਲ੍ਹੇ ਲਾਂਘੇ ਦੀ ਅਰਦਾਸ ਸੀ ਉਹ ਅਕਾਲ ਪੁਰਖ ਨੇ ਪੂਰੀ ਕੀਤੀ ਹੈ। ਸੋ ਇਹ ਬੜੀ ਖੁਸ਼ੀਆਂ ਭਰੀ ਘੜੀ ਅਤੇ ਸ਼ੁਕਰਾਨੇ ਦੀ ਘੜੀ ਹੈ, ਕਿਉਂਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਇਹ ਖੁੱਲ੍ਹ ਰਿਹਾ ਹੈ ਅਤੇ ਉਹਦੇ ਨਾਲ ਇਸ ਪੂਰੇ ਖੇਤਰ ਦਾ ਇੱਕ ਬੜਾ ਵੱਡਾ ਵਿਕਾਸ ਹੋਣ ਜਾ ਰਿਹਾ। ਸਾਡੇ ਨਾਲ ਬਟਾਲਾ ਹਲਕੇ ਤੋਂ ਇੱਥੋਂ ਦੇ MLA ਸਰਦਾਰ ਲਖਮੀਰ ਸਿੰਘ ਲੋਧੀ ਨਗਲ ਸਾਹਿਬ ਮੌਜੂਦ ਨੇ, ਸੋ ਇਸ ਮੌਕੇ ਕੁਝ ਬਚਨ ਸੰਗਤਾਂ ਨਾਲ ਸਾਂਝੇ ਕਰੋ ਜੀ। ਦੇਖੋ ਜੀ, ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਸੀ, ਵਾਕਿਆ ਹੀ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਆ ਜੋ ਹਰ ਮਾਈ ਭਾਈ ਦੀ ਗੁਰੂ ਨਾਨਕ ਨਾਮ ਲੇਵਾ ਦੀ ਅਰਦਾਸ ਸੀ ਕਿ ਸਾਨੂੰ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ ਦਰਦਾਰ ਦਾ ਮੌਕਾ ਮਿਲੇ, ਵਿਸ਼ੇਸ਼ ਕਰਕੇ ਸਰਦਾਰ ਕੁਲਦੀਪ ਸਿੰਘ ਵਡਾਲਾ ਹੋਣਾ ਪਿਛਲੇ 18 ਸਾਲ ਤੋਂ ਇੱਥੇ ਸਪੈਸ਼ਲ ਐਵਰੀ ਸੰਗਰਾਂਦ ਨੂੰ ਆ ਕੇ ਅਰਦਾਸ ਕਰਨੀ ਪੱਕੇ ਇਰਾਦੇ ਦੇ ਨਾਲ ਔਰ ਇਹ ਵਿਸ਼ਵਾਸ ਜਿਹੜਾ ਆ ਲਾਂਘੇ ਦੀ ਖੁੱਲ੍ਹਣ ਦੀ ਜੋ ਗੱਲ ਬਣੀ ਆ ਇਹਦੇ ਨਾਲ ਸਾਡਾ ਮੈਂ ਸਮਝਣਾ ਅਰਦਾਸ ਦੇ ਉੱਤੇ ਹੋਰ ਬੜਾ ਵੱਡਾ ਮਨ ਬਣਿਆ ਕਿ ਜਦੋਂ ਸੱਚੇ ਮਨੋਂ ਅਰਦਾਸ ਕੀਤੀ ਜਾਵੇ, ਗੁਰੂ 'ਤੇ ਵਿਸ਼ਵਾਸ ਹੋਵੇ, ਇਰਾਦਾ ਪੱਕਾ ਹੋਵੇ ਅਤੇ ਗੁਰੂ ਘਰੋਂ ਕਿਸੇ ਕਿਸਮ ਦੀ ਕੋਈ ਨਾਂਹ ਨਹੀਂ ਹੋ ਸਕਦੀ। ਗੁਰੂ ਆਪਣੇ ਅਰਦਾਸ ਕਰਨ ਵਾਲੇ ਸਿੱਖ ਦੀ ਹਰ ਗੱਲ ਜਿਹੜੀ ਆ ਉਹ ਪੂਰੀ ਕਰਦਾ ਹੈ। ਇੱਕ ਤਾਂ ਸਾਨੂੰ ਇਸ ਗੱਲ ਦੀ ਬੜੀ ਵੱਡੀ ਵਡਿਆਈ ਮਿਲੀ ਆ ਔਰ ਦੂਸਰੇ ਨੰਬਰ 'ਤੇ ਇਹ ਜਿਹੜਾ ਸਾਰਾ ਹੀ ਏਰੀਆ ਆ ਬਾਬੇ ਨਾਨਕ ਦੀ ਚਰਨਾਂ ਦੀ ਛੋਹ ਪ੍ਰਾਪਤ ਆ। ਇੱਥੇ ਵੀ ਕਰਤਾਰਪੁਰ ਸਾਹਿਬ ਉਹਨਾਂ 18 ਸਾਲ ਜ਼ਿੰਦਗੀ ਦੇ ਲਾਏ ਨੇ, ਸਾਰੀਆਂ ਦੁਨੀਆ ਦੇ ਵਿੱਚ ਉਹ ਯਾਤਰਾਵਾਂ ਕਰਕੇ ਅਰਦਾਸੀਆਂ ਪੂਰੀਆਂ ਕਰਕੇ ਉਹਨਾਂ 18 ਸਾਲ ਉੱਥੇ ਆਣ ਕੇ ਖੇਤੀ ਕੀਤੀ ਔਰ ਉਹਨਾਂ ਨੇ ਸੰਸਾਰ ਨੂੰ ਉਪਦੇਸ਼ ਦਿੱਤਾ ਕਿ ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ ਜੋ ਪਹਿਲਾ ਆਦਮੀ ਦਾ ਕਰਮ ਬਣਦਾ ਉਹ ਇਹ ਆ ਔਰ ਉਹ ਉਹਨਾਂ ਨੇ ਇਸ ਧਰਤੀ ਦੇ ਉੱਤੇ ਕੀਤਾ। ਬਾਬੇ ਨਾਨਕ ਦੇ ਸਹੁਰੇ ਵੀ ਨਾਲ ਹੀ ਬਟਾਲੇ, ਤੁਹਾਨੂੰ ਪਤਾ ਜਿੱਥੋਂ ਦਾਸ ਨੂੰ ਨੁਮਾਇੰਦਗੀ ਦਾ ਮੌਕਾ ਮਿਲਿਆ ਉੱਥੇ ਨੇ
ਔਰ ਇਹ ਸਾਰਾ ਏਰੀਆ ਜਦੋਂ ਅਸੀਂ ਝਾਤੀ ਮਾਰਦੇ ਹਾਂ ਤਾਂ ਮੈਂ ਸਮਝਣਾ ਕਿ ਇਹ ਬਾਬੇ ਨਾਨਕ ਦੀ ਅਪਾਰ ਕਿਰਪਾ ਦੇ ਨਾਲ ਜਿਹੜਾ ਜਿਹੜਾ ਬਸ਼ਰ ਵੀ ਇਸ ਇਲਾਕੇ ਦੇ ਵਿੱਚ ਪੈਦਾ ਹੋਇਆ ਰਹਿ ਰਿਹਾ ਉਹ ਬੜੇ ਵੱਡੇ ਭਾਗਾਂ ਵਾਲਾ ਅਤੇ ਉਹਦੀ ਕਿਰਪਾ ਦੇ ਨਾਲ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਮੀ ਕੋਈ ਨਹੀਂ, ਪਹਿਲਾਂ ਵੀ ਕੋਈ ਕਮੀ ਨਹੀਂ। ਔਰ ਜਿੱਥੋਂ ਤੱਕ ਅਗਲੀ ਗੱਲ ਆ, ਨੈਚੁਰਲੀ ਜੇਕਰ ਇਹ ਕੋਰੀਡੋਰ ਜਿਹੜਾ ਹੁਣ ਸ਼ੁਰੂ ਹੋ ਜਾਂਦਾ ਇਹ ਵਪਾਰਕ ਕੇਂਦਰ ਵੀ ਬਣਨਾ। ਅੱਗੇ ਤੁਸੀਂ ਸਮਝਦੇ ਵਾਹਗਾ ਬਾਰਡਰ ਤੋਂ ਵਪਾਰ ਹੁੰਦਾ, ਜੰਮੂ ਕਸ਼ਮੀਰ ਤੋਂ ਵਪਾਰ ਹੁੰਦਾ, ਹਸੈਨੀ ਵਾਲੇ ਤੋਂ ਵਪਾਰ ਹੁੰਦਾ ਸੀ ਜਿਹੜਾ ਮੇਰਾ ਖਿਆਲ ਹੁਣ ਕੁਛ ਸਮੇਂ ਲਈ ਬੰਦ ਆ। ਔਰ ਇਹ ਦੇਸ਼ ਦੋਵੇਂ ਬੜੀ ਵੱਡੀ ਤਰੱਕੀ ਬਣੇਗੀ ਜੇਕਰ ਇਹ ਦੋਨੇ ਹਾਲਾਤ ਆਪਣੇ ਠੀਕ ਕਰਨ, ਮਾੜੇ ਅਨਸਰਾਂ ਨੂੰ ਕੰਟਰੋਲ ਕਰਨ, ਵਪਾਰ ਵਧਾਉਣ। ਉੱਥੋਂ ਦੀ ਜਨਤਾ ਵੀ ਖੁਸ਼ਹਾਲ ਹੋਊਗੀ ਅਤੇ ਇੱਥੋਂ ਦੀ ਜਨਤਾ ਵੀ ਖੁਸ਼ਹਾਲ ਹੋਊਗੀ, ਸਾਰੇ ਲੋਕ ਉੱਥੋਂ ਦੇ ਵੀ ਅਤੇ ਇੱਥੋਂ ਦੇ ਵੀ ਮਾਨਸਿਕ ਤੌਰ 'ਤੇ ਇੱਕ ਦੂਜੇ ਨਾਲ ਪਿਆਰ ਕਰਦੇ ਅਤੇ ਇਕੱਠੇ ਰਹਿੰਦੇ ਨੇ, ਕਿਉਂਕਿ ਸਾਡਾ ਆਪਣਾ ਪਿੰਡ ਵੀ ਪਰੇ ਪਾਕਿਸਤਾਨ ਦੇ ਵਿੱਚ ਸੀ, ਅਸੀਂ ਇੱਥੇ ਆਣ ਕੇ ਪੈਦਾ ਹੋਏ ਹਾਂ। ਜਿੰਨੇ ਲੋਕ ਅਸੀਂ ਉੱਧਰੋਂ ਉੱਠ ਕੇ ਆਏ ਹਾਂ ਸਾਡਾ ਦਿਲ ਉੱਥੇ ਹੀ ਧੜਕਦਾ ਆ ਅਤੇ ਸਾਡਾ ਦਿਲ ਕਰਦਾ ਵੀ ਉੱਥੇ ਜਾਈਏ, ਲਾਹੌਰ ਵੇਖੀਏ, ਨਨਕਾਣਾ ਸਾਹਿਬ ਜਾਈਏ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੱਚੇ ਪਾਤਸ਼ਾਹ ਜੋ ਸਾਡੀਆਂ ਭਾਵਨਾਵਾਂ ਨੇ ਨਾ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਇਹ ਤੋਰ ਤੁਰੀ ਆ। ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਗੁਰੂ ਮਹਾਰਾਜ ਬਖਸ਼ਿਆ ਕਰਨਗੇ, ਬਾਬਾ ਨਾਨਕ ਜੀ ਉਹ ਇੱਥੇ ਵਪਾਰ ਵੀ ਵਧਾਉਣਗੇ, ਸੰਗਤਾਂ ਉੱਥੇ ਆਰ ਪਾਰ ਦਰਸ਼ਨ ਵੀ ਕਰਨਗੀਆਂ, ਉਹ ਵੀ ਆਉਣਗੇ, ਅਸੀਂ ਵੀ ਜਾਵਾਂਗੇ, ਜਿਹਦੇ ਨਾਲ ਸਾਡਾ ਮੇਲ ਮਿਲਾਪ ਵਧੂਗਾ, ਦੋਵੇਂ ਮੁਲਕ ਤਰੱਕੀ ਕਰਨਗੇ, ਦੋਨੇ ਮੁਲਕਾਂ ਦੇ ਲੋਕ ਤਰੱਕੀ ਕਰਨਗੇ। ਇਹੋ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ, ਗੁਰੂ ਮਹਾਰਾਜ ਬਖਸ਼ਿਆ ਕਰੇ। ਬਹੁਤ ਵਧੀਆ ਜੋ ਲੋਧੀ ਨੰਗਲ ਸਾਹਿਬ ਨੇ ਗੱਲ ਕੀਤੀ ਹੈ। ਸੋ ਮੈਂ ਸਮਝਦਾ ਕਿ ਇਹ ਸਾਂਝ ਬੜੀ ਪੁਰਾਣੀ ਹੈ, ਸਦੀਆਂ ਪੁਰਾਣੀ ਹੈ, ਇਹ ਤਾਂ 60-70 ਸਾਲ ਹੋਏ ਨੇ ਜਿਹੜੀ ਵਿਚਕਾਰ ਲਕੀਰ ਖਿੱਚੀ ਗਈ ਹੈ, ਸਦੀਆਂ ਤੋਂ ਇਹ ਸਾਰੇ ਇਕੱਠੇ ਰਹਿੰਦੇ ਆਏ ਆ ਅਤੇ ਗੁਰੂ ਨਾਨਕ ਸਾਹਿਬ ਦੇ ਤਾਂ ਦੋਨੋਂ ਹੀ ਪੁੱਤਰ ਨੇ, ਹੈ ਨਾਨਕ ਸ਼ਾਹ ਫਕੀਰ ਹਿੰਦੂ ਸਿੱਖਾਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ। ਸੋ ਇਹ ਮੈਂ ਸਮਝਦਾ ਗੁਰੂ ਨਾਨਕ ਸਾਹਿਬ ਆਸ਼ੀਰਵਾਦ ਦੇਣ ਅਤੇ ਇਹ ਤਰੱਕੀ ਦੇ ਰਾਹ ਇੱਦਾਂ ਹੀ ਖੁੱਲ੍ਹਣ। ਬਹੁਤ ਬਹੁਤ ਧੰਨਵਾਦ ਲੋਧੀ ਸਿੰਘ ਸਾਹਿਬ ਦਾ ਜੀ। ਸੋ ਮਾਲਵੇ ਤੋਂ ਕਾਫੀ ਸੰਗਤਾਂ ਆਈਆਂ, ਉੱਥੇ ਕਈ ਪਤਵੰਤੇ ਸੱਜਣ ਆਏ ਹੋਏ ਨੇ, ਕਰਤਾਰਪੁਰ ਸਾਹਿਬ ਦੀ ਧਰਤੀ ਜੋ ਉੱਥੋਂ ਦੇ ਹਲਕਾ ਇੰਚਾਰਜ ਸ੍ਰੀ ਸਤਪਾਲ ਮਹਾਜਨ ਜੀ ਉਹ ਵੀ ਪਹੁੰਚੇ ਹੋਏ ਨੇ ਜੀ। ਅੱਜ ਸਰ ਕੁਲਦੀਪ ਸਿੰਘ ਬਡਾਲਾ ਜੀ ਵੱਲੋਂ ਜੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਜਾਂਦੇ ਸੀ ਕਰਤਾਰਪੁਰ ਦੇ ਲਾਂਘਾ ਸਾਹਿਬ ਵਿਖੇ, ਉਹ ਪ੍ਰਵਾਨ ਹੋਈਆਂ, ਉਹਦੇ ਸ਼ੁਕਰਾਨਾ ਵਜੋਂ ਸਰ ਗੁਰਪ੍ਰਤਾਪ ਸਿੰਘ ਬਡਾਲਾ ਹੋਣਾਂ ਨੇ ਪੂਰੀਆਂ ਸੰਗਤਾਂ ਨੂੰ ਨਾਲ ਲੈ ਕੇ ਅੱਜ ਸ਼ੁਕਰਾਨੇ ਵਜੋਂ ਉਹਨਾਂ ਦਾ ਕੀਤਾ। ਮੈਂ ਅੱਜ ਦੇ ਦਿਨ 'ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਡੇਰਾ ਬਾਬਾ ਨਾਨਕ ਦੀ ਜੋ ਸੇਵਾ ਚੱਲਦੀ ਪਈ ਹੈ, ਖਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਇਸ ਵਕਤ ਸਾਡੇ ਨਾਲ ਮੌਜੂਦ ਨੇ। ਸੋ ਜਿੱਥੇ ਆਪਾਂ ਪਿੱਛੇ ਮਾਡਲ ਦੇਖ ਰਹੇ ਹਾਂ ਜਿਹਦੀ ਤਿਆਰੀ ਹੋ ਰਹੀ ਹੈ, ਉੱਥੇ ਹੀ ਮੈਂ ਸਮਝਦਾ ਕਿ ਬਾਬਾ ਜੀ ਪਾਸੋਂ ਹੋਰ ਜਾਣਕਾਰੀ ਹਾਸਲ ਕਰਦੇ। ਬਾਬਾ ਜੀ ਕਿਵੇਂ ਦੀ ਸੇਵਾ ਦੀ ਜਿਹੜੀ ਯੋਜਨਾ ਕਿਵੇਂ ਚੱਲਦਾ ਪਿਆ, ਕਿਉਂਕਿ ਦਿਨ ਵੀ ਕਾਫੀ ਥੋੜ੍ਹੇ ਰਹਿ ਗਏ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਾਵਨ ਧਰਤੀ ਡੇਰਾ ਬਾਬਾ ਨਾਨਕ, ਗੁਰੂ ਨਾਨਕ ਦੇਵ ਮਹਾਰਾਜ ਚਰਨ ਛੋਹ ਪ੍ਰਾਪਤ ਧਰਤੀ ਹੈ। ਇਹਨੂੰ ਸਮਰਪਿਤ ਜੋ ਕਾਰ ਸੇਵਾ ਤਕਰੀਬਨ ਅੱਜ ਤੋਂ 22 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਅਤੇ ਹੁਣ ਮੇਨ ਦਰਬਾਰ ਦੀ ਸੇਵਾ ਸ਼ੁਰੂ ਹੋਈ ਆ ਅਤੇ ਲੈਂਟਰ ਦੋਨੋਂ ਪੈ ਚੁੱਕੇ ਨੇ, ਹੁਣ ਤਿਆਰੀ ਦੇ ਵਿੱਚ ਮੁਕੰਮਲ ਦੇ ਵਿੱਚ ਮਿਸ਼ਤੀ ਲੱਗੇ ਨੇ ਅਤੇ ਗੁਰੂ ਕਿਰਪਾ ਕਰੇ ਬਹੁਤ ਜਲਦੀ ਇਹਦੇ ਅੰਦਰ ਤਿਆਰੀ ਹੋਣ ਦੀ ਸੰਭਾਵਨਾ ਹੈਗੀ, ਗੁਰੂ ਦੀ ਹੁਕਮ ਦੀ ਬਖਸ਼ਿਸ਼ ਦੁਆਰਾ ਹੋਣੀ ਆ। ਅਤੇ ਬਾਕੀ ਖੂਹ ਜਿਹੜਾ ਪੁਰਾਤਨ ਹੈ ਜਿੱਥੇ ਬਾਬਾ ਭਾਈ ਜਗਤਾਰ ਰੰਧਾਵਾ ਜੀ ਨੇ ਗੋਸ਼ਟ ਕੀਤੀ ਸੀ, ਉਹਨੂੰ ਹੁਣ ਚੰਗੀ ਤਰ੍ਹਾਂ ਪੁਰਾਤਨ ਦੇਖ ਦੇ ਕੇ ਪੁਰਾਤਨ ਵਿਭਾਗ ਵਾਲੇ ਜੋ ਗੁਰੂ ਪਿਆਰੇ ਆ ਚੰਡੀਗੜ੍ਹ ਤੋਂ ਬਾਠ ਸਾਹਿਬ ਰਜਿੰਦਰ ਸਿੰਘ ਬਾਠ, ਉਹਨੇ ਦੇਖ ਰਹੀ ਇੱਥੇ ਹੇਠ ਉਹ ਸਾਰੀ ਪੁਰਾਤਨ ਦਾ ਬਹਾਲ ਕੀਤੀ ਜਾਵੇਗੀ। ਬਾਬਾ ਜੀ ਕਿੱਦਾਂ ਦੀ ਦੇਖ ਉਹ ਖੂਹ ਜਿਹੜਾ ਪੁਰਾਤਨ ਖੂਹ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਜਿੱਤੇ ਰੰਧਾਵੇ ਵਾਲਾ, ਉਹ ਕਿੱਦਾਂ ਦਾ ਦੇਖੇਗਾ? ਥੋੜ੍ਹਾ ਜਿਹਾ ਸੰਗਤਾਂ ਦੇ ਮਨਾਂ 'ਚ ਬੜਾ ਉਤਸੁਕਤਾ ਵੀ ਆ ਇਸ ਗੱਲ ਦੀ, ਕਿਉਂਕਿ ਸੰਗਤਾਂ ਨੇ ਬੜੀ ਦੂਰੋਂ ਦੂਰੋਂ ਆਉਣਾ ਦਰਸ਼ਨ ਕਰਨ ਲਈ। ਉਹ ਜਿਵੇਂ ਪੁਰਾਤਨ ਦੇਖੋ ਉਹ ਪਹਿਲੇ ਗੁਰਦੁਆਰਾ ਪਹਿਲਾਂ ਉਹ ਢੱਕਿਆ ਹੋਇਆ ਸੀ, ਉਹ ਹੁਣ ਓਪਨ ਬਾਹਰ ਹੋ ਜਾਏਗਾ ਅਤੇ ਬਾਹਰ ਜੋ ਪੁਰਾਤਨ ਦੇਖੋ ਉਹੀ ਇੱਟ ਉਹੀ ਮਸਾਲਾ ਉਹ ਤਾਂ ਵੈਸੇ ਬਣਿਆ ਵਾ, ਪਰ ਉਹ ਰਿਪੇਅਰਿੰਗ ਕਰਨੀ ਉਸੇ ਮੁਤਾਬਕ ਕਰਨੀ ਕੀਤੀ ਜਾਵੇਗੀ, ਜਿਸ ਤਰ੍ਹਾਂ ਕਿ ਪੁਰਾਣੀ ਇੱਟ ਉਸ ਸਮੇਂ ਦੀ ਲੈ ਨਾਨਕ ਸਹੀ ਇੱਟ ਦੇ ਨਾਲ ਹੀ, ਅਤੇ ਪੁਰਾਤਨ ਭਾਗ ਵਾਲੇ ਜਿਹੜੇ ਪ੍ਰੇਮੀ ਆ ਡਾਕਟਰ ਸਾਹਿਬ ਉਹਨਾਂ ਦੀ ਦੇਖ ਰਹੀ ਥੱਲੇ ਥੱਲੇ ਹੋ ਗਈ। ਬਿਲਕੁਲ ਸੰਗਤ ਜੀ, ਆਪਾਂ ਜਦੋਂ ਦਰਸ਼ਨ ਕਰਾਂਗੇ ਸਾਨੂੰ ਮਹਿਸੂਸ ਹੋਏਗਾ ਕਿ ਗੁਰੂ ਨਾਨਕ ਸਾਹਿਬ ਇਸ ਖੂਹ ਦੇ ਕੰਢੇ ਬੈਠ ਕੇ ਜਿੱਤੇ ਰੰਧਾਵੇ ਜੀ ਨਾਲ ਜਿੱਥੇ ਵਿਚਾਰਾਂ ਕਰਦੇ ਸਨ, ਉੱਥੇ ਹੋਰ ਵੀ ਇਲਾਕੇ ਦੀਆਂ ਸੰਗਤਾਂ ਉਹਨਾਂ ਦੇ ਪਾਸ ਆ ਕਰਕੇ ਮੇਰਾ ਅਸੀਸਾਂ ਪ੍ਰਾਪਤ ਕਰਦੀਆਂ ਸਨ। ਸੋ ਸੇਵਾ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲਦੀ ਪਈ ਹੈ ਅਤੇ ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਦੀ ਮਿਹਰ ਦੇ ਨਾਲ ਜਲਦੀ ਸੰਪੂਰਨਤਾ ਹੋਏ ਜੀ। ਸੋ ਇਹ ਜਿਹੜਾ ਨਵਾਂ ਰਸਤਾ ਤਿਆਰ ਹੋ ਰਿਹਾ,
ਮੇਰੇ ਪ੍ਰੀਤਮ ਦੇ ਦੇਸ ਨੂੰ ਜਾਣਾ ਹੈ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਉਸ ਧਰਤੀ ਨੂੰ ਆਪਾਂ ਜਾ ਕੇ ਸਜਦਾ ਕਰਨਾ ਹੈ, ਸਰਾਏ ਜਾਣਾ ਅਤੇ ਕਰਤਾ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨੀ ਗੇਟ ਪਾਤਸ਼ਾਹੀ ਪਹਿਲੀ, ਇਹ ਗੇਟ ਚਾਹੇ ਕੁਛ ਸਮਾਂ ਪਹਿਲਾਂ ਬਣਿਆ ਸੀ, ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਸਾਹਿਬ ਵਾਲਿਆਂ ਨੇ ਉਸਾਰੀ ਕਰਵਾਈ ਸੀ, ਪਰ ਉਸ ਵੇਲੇ ਇਹ ਕਾਰਜ ਪੂਰੇ ਨਹੀਂ ਹੋ ਸਕੇ, ਇਸ ਵਕਤ ਹੋ ਰਹੇ ਨੇ। ਸੋ ਸਦੇ ਨਾਲ ਰਾਏਪੁਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਸੋ ਕੁਝ ਇਹਨਾਂ ਦੇ ਵਿਚਾਰ ਵੀ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ ਅਤੇ ਫਿਰ ਅੱਗੇ ਜਾ ਕੇ ਆਪਾਂ ਦਰਸ਼ਨ ਵੀ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਵਡਭਾਗੇ ਹਾਂ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ 550 ਸਾਲਾ ਆ ਪ੍ਰਕਾਸ਼ ਉਤਸਵ ਆ ਉਹ ਸਾਡੀ ਜ਼ਿੰਦਗੀ ਵਿੱਚ ਆਇਆ, ਅਤੇ ਅਸੀਂ ਜਿੱਥੇ ਇੱਥੇ ਬਾਰਡਰ 'ਤੇ ਖੜ੍ਹੇ ਹਾਂ ਇਹ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਹੀ ਹੋਈ ਆ, ਅਤੇ ਨਹੀਂ ਤਾਂ 1947 ਤੋਂ ਬਾਅਦ ਬਹੁਤ ਸਰਕਾਰਾਂ ਆਈਆਂ ਦੋਹਾਂ ਪਾਸੇ, ਇਹ ਕਿਉਂਕਿ 1947 ਤੋਂ ਬਾਅਦ ਹੀ ਗੁਰੂ ਨਾਨਕ ਨਾਮ ਲੇਵਾ ਸਾਰੇ ਅਰਦਾਸ ਕਰਦੇ ਸੀ ਵੀ ਸਾਡੇ ਜਿਹੜੇ ਜਦੋਂ ਵੀ ਆਪਾਂ ਅਰਦਾਸਾਂ ਕਰਦੇ ਸੀ ਵੀ ਜਿਹੜੇ ਵਿਛੜੇ ਧਾਮ ਆ ਉਹਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ, ਅਤੇ ਉਹਦੇ ਵਿੱਚ ਸਾਰੇ ਹੀ NRI ਵੀਰਾਂ ਦਾ, ਸਾਰੀ ਸੰਗਤ ਦਾ ਅਤੇ ਸਾਰਿਆਂ ਦਾ ਹੀ ਇਸ ਗੱਲ ਲਈ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ। ਅੱਜ ਇੱਥੇ ਆ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਕਿਉਂਕਿ ਮੈਂ ਵੀ ਗੁਰਦੁਆਰਾ ਪ੍ਰਬੰਧਕ SGPC ਦਾ ਮੈਂਬਰ ਹੋਣ ਦੇ ਨਾਤੇ ਜਿੱਥੇ ਸੁਲਤਾਨਪੁਰ ਲੋਧੀ ਵਿਖੇ ਜਿੱਥੇ 50 ਲੱਖ ਤੋਂ ਵੀ ਵੱਧ ਸੰਗਤ ਦੇਸ਼ਾਂ ਵਿਦੇਸ਼ਾਂ 'ਚੋਂ ਆਉਣੀ ਆ, ਅਤੇ ਇਹ ਮਹਾਰਾਜ ਦੀ ਜਿਹੜੀ ਅਪਾਰ ਕਿਰਪਾ ਦੇ ਨਾਲ ਇਹ ਜਿਹੜਾ ਕਰਤਾਰਪੁਰ ਕੋਰੀਡੋਰ ਉਦੋਂ ਖੁੱਲ੍ਹਣਾ ਅੱਜ ਅਸੀਂ ਦੇਖ ਕੇ ਆਏ ਹਾਂ। ਕਰਤਾਰਪੁਰ ਜਿਹੜਾ ਪਾਕਿਸਤਾਨ ਵਾਲੇ ਪਾਸੇ ਬਹੁਤ ਜੰਗੀ ਪੱਧਰ 'ਤੇ ਜਿਹੜਾ ਕੰਮ ਹੋ ਰਿਹਾ, ਅਤੇ ਜਿੱਥੇ ਅਸੀਂ ਅੱਜ ਦਰਸ਼ਨ ਕਰਕੇ ਆਏ ਹਾਂ ਦੂਰਬੀਨ ਦੇ ਨਾਲ, ਅਤੇ ਆਸ ਕਰਦੇ ਹਾਂ ਵੀ ਉਹ ਨਵੰਬਰ ਤੋਂ ਪਹਿਲਾਂ ਇਹ ਦੋਹਾਂ ਸਰਕਾਰਾਂ ਦੇ ਇਹਦੇ ਸਹਿਯੋਗ ਦੇ ਨਾਲ ਇਹ ਕਾਰਜ ਪੂਰਾ ਹੋ ਜਾਣਾ, ਅਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਦੀਆਂ ਅਰਦਾਸਾਂ ਜਦੋਂ ਸੰਗਤ ਕਰੂਗੀ ਜਿਹੜੇ ਬਾਕੀ ਗੁਰਧਾਮ ਵੀ ਵਿਛੜੇ ਰਹਿ ਜਾਣੇ ਆ ਉਹਨਾਂ ਦੀਆਂ ਵੀ ਇੱਦਾਂ ਹੀ ਦਰਸ਼ਨ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ, ਸੋ ਰਾਏਪੁਰ ਸਾਹਿਬ ਨੇ ਬੜਾ ਸ਼ੁਭ ਸੁਨੇਹਾ ਸਾਨੂੰ ਦਿੱਤਾ, ਸੋ ਆਓ ਆਪਾਂ ਹੁਣ ਅੱਗੇ ਚੱਲਦੇ ਹਾਂ। ਇਹ ਦਰਸ਼ਨੀ ਗੇਟ ਹੈ ਜੀ, ਸੋ ਇੱਥੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ। ਆਹ ਕੈਮਰੇ ਦੇ ਅੱਖ ਨਾਲ ਵੇਖੀਏ, ਵੇਖੋ ਟਰਾਲੀਆਂ ਅਤੇ ਗੱਡੀਆਂ ਕਿੰਨੀਆਂ ਪਹੁੰਚੀਆਂ ਹੋਈਆਂ ਨੇ। ਸੋ ਇੱਧਰਲੇ ਪਾਸੇ ਸੋ ਇਹ ਸੰਗਤਾਂ ਜਿਹੜੀਆਂ ਦਰਸ਼ਨ ਦੀਦਾਰੇ ਕਰਨ ਆ ਰਹੀਆਂ ਨੇ। ਇਹ ਪਾਰਕਿੰਗ ਬਣ ਗਈ ਹੈ ਜੀ ਇੱਧਰ, ਵੈਸੇ ਤਾਂ ਇਹ ਹਾਈਵੇ ਆਉਣਾ ਇੱਥੋਂ ਤੱਕ, ਇਹ ਨੈਸ਼ਨਲ ਹਾਈਵੇ ਬਣਦਾ ਪਿਆ ਜੀ ਆਹ ਜਿਹੜਾ ਰਸਤਾ ਹੈ। ਸੋ ਇਹਨੇ ਅੱਗੇ ਲੰਘ ਜਾਣਾ। ਗੁਰੂ ਨਾਨਕ ਸਾਹਿਬ ਦੀ ਮਿਹਰ ਕਿਰਪਾ ਦੀ ਖੇਡ ਹੈ ਜੀ, ਇਸ ਰਾਹ ਨੇ ਅੱਗੇ ਲੰਘ ਜਾਣਾ। ਮੈਨੂੰ ਯਾਦ ਹੈ ਸੰਗਤ ਜੀ ਜਦੋਂ ਕਾਲਜ ਪੜ੍ਹਦੇ ਸੀ ਨਾ ਤਾਂ ਮੇਰੇ ਹੱਥ ਇੱਕ ਕਿਤਾਬ ਲੱਗੀ, ਉਹਦੇ 'ਤੇ ਲਿਖਿਆ ਸੀ ਕਿ ਇਹ ਕਿਤਾਬ ਗੁਰੂ ਨਾਨਕ ਸਾਹਿਬ ਦੇ 500 ਸਾਲਾ ਸ਼ਤਾਬਦੀ ਸਮਾਗਮ ਦੇ ਉੱਤੇ ਤਿਆਰ ਕਰਵਾਈ ਗਈ ਸੀ, ਅਤੇ ਉਦੋਂ ਮਨ ਦੇ ਵਿੱਚ ਬੜਾ ਆਇਆ ਕਿ ਅਸੀਂ ਉਹ ਸਮਾਂ ਵੇਖਿਆ ਹੀ ਨਹੀਂ, ਪਰ ਇਹ ਗੁਰੂ ਸਾਹਿਬ ਦੀ ਕਿਰਪਾ ਆ ਕਿ ਅੱਜ ਇਹ ਸਮਾਂ ਸਾਡੀ ਹੋਸ਼ੋ ਹਵਾਸ ਦੇ ਵਿੱਚ ਆ ਰਿਹਾ, ਆਪਾਂ ਦੇਖਦੇ ਪਏ ਹਾਂ, ਆਪਾਂ ਮਾਣਦੇ ਪਏ ਹਾਂ, ਅਤੇ ਆਪਾਂ ਸਾਰੇ ਵਡਭਾਗੇ ਹਾਂ ਕਿਉਂਕਿ ਇਹ ਘੜੀਆਂ ਆਈਆਂ ਨੇ ਅਤੇ ਘੜੀਆਂ ਕੱਢੀਆਂ ਇਤਿਹਾਸਕ ਹੋ ਗਈਆਂ ਨੇ। ਆ ਕੈਮਰੇ ਦੀ ਆ ਕੇ ਇੱਕ ਵਾਰੀ ਐਂ ਉਹਨੂੰ ਫਿਰ ਘੁਮਾ ਕੇ ਦੇਖੀਏ, ਵੇਖੋ ਵੇਖੋ ਕਿੱਡੇ ਖੁੱਲ੍ਹੇ ਰਸਤੇ ਬਣ ਰਹੇ ਆ। ਸੋ ਇਹ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਮਿਹਰ ਮੈਂ ਸਮਝਦਾ ਦੋਨਾਂ ਮੁਲਕਾਂ 'ਤੇ, ਕਿਉਂਕਿ ਪਿਤਾ ਨੂੰ ਸਾਰੇ ਬੱਚੇ ਇੱਕੋ ਜਿਹੇ ਹੀ ਹੁੰਦੇ ਨੇ, ਸਾਰੇ ਹੀ ਪਿਆਰੇ ਹੁੰਦੇ ਨੇ, ਅਤੇ ਗੁਰੂ ਨਾਨਕ ਸਾਹਿਬ ਦੇ ਆਪਾਂ ਸਾਰੇ ਹੀ ਬੱਚੇ ਹਾਂ, ਉੱਧਰ ਵਾਲੇ ਵੀ ਬੱਚੇ ਹਾਂ, ਇੱਧਰ ਵਾਲੇ ਵੀ ਬੱਚੇ ਹਾਂ, ਉਹਨਾਂ ਨੂੰ ਅਸੀਂ ਸਾਰੇ ਇੱਕੋ ਜਿਹੇ ਪਿਆਰੇ ਹਾਂ। ਸੋ ਉਹਨਾਂ ਨੇ ਮਿਹਰ ਕੀਤੀ ਹੈ, ਇਹ ਖੁਸ਼ਹਾਲੀ ਦੀ ਹਵਾ ਆਉਣੀ ਸ਼ੁਰੂ ਹੋ ਗਈ ਹੈ, ਇੱਥੇ ਪਾਰਕਿੰਗ ਬਣ ਗਈ ਹੈ, ਅਤੇ ਅਗਲੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਇੱਥੇ ਗੇਟ ਬਣਿਆ, ਅੱਗੇ ਸ਼ੈੱਡ ਵੀ ਬਣੇ ਹੋਏ ਨੇ ਤਾਂ ਕਿ ਉੱਥੇ ਬੈਠ ਕੇ ਕੁਝ ਚਿਰ ਜਿਹੜਾ ਹੈ ਸੰਗਤਾਂ ਆਰਾਮ ਕਰ ਸਕਣ, ਵੇਟ ਕਰ ਸਕਣ। ਸੋ ਇਹ ਬੜਾ ਖੁੱਲ੍ਹਾ ਜਿਹੜਾ ਇੱਥੇ ਕੋਰੀਡੋਰ ਬਣਨ ਜਾ ਰਿਹਾ, ਉਹ ਸਾਹਮਣੇ ਬੋਰਡ ਵੀ ਲੱਗਾ ਹੋਇਆ ਜੀ। ਸੋ ਇੱਥੇ ਕੋਰੀਡੋਰ ਬਣਨਾ ਹੈ ਜੀ, ਇੱਥੋਂ ਤੱਕ ਗੱਡੀਆਂ ਆਉਣਗੀਆਂ, ਇਹ ਡਰਾਈ ਪੋਰਟ ਬਣ ਜਾ ਰਹੀ ਹੈ, ਇੱਥੇ ਆ ਕੇ ਇੱਥੇ ਸਰਕਾਰੀ ਵੱਡੇ ਵੱਡੇ ਦਫ਼ਤਰ ਬਣ ਜਾਣੇ ਨੇ, ਉੱਥੇ ਆ ਕੇ ਜਿਹੜਾ ਹੈ ਅਸੀਂ ਆਪਣੇ ਕਾਗਜ਼ ਪੱਤਰ ਜਾਂ ਜੋ ਵੀ ਚੈੱਕ ਕਰਾਉਣਾ ਜਾਂ ਜੇ ਇੱਥੋਂ ਪਰਮਿਸ਼ਨ ਲੈਣੀ ਹੈ ਤਾਂ ਫਿਰ ਇੱਥੋਂ ਗਾਂਹ ਲੰਘ ਜਾਵਾਂਗੇ। ਇਹ ਉਹ ਰਸਤਾ ਹੈ ਜਿਹਨੂੰ ਲੰਘਣ ਦੇ ਵਾਸਤੇ ਸ਼ਾਇਦ
ਅਰਬਾਂ ਹੀ ਅਰਦਾਸਾਂ ਹੋ ਚੁੱਕੀਆਂ ਨੇ ਅਤੇ ਨਿੱਤਾ ਪ੍ਰਤੀ ਸੰਗਤ ਅਰਦਾਸ ਕਰਦੀ ਹੈ। ਸੋ ਗੁਰੂ ਨਾਨਕ ਸਾਹਿਬ ਨੇ ਅਰਦਾਸਾਂ ਕਬੂਲ ਕੀਤੀਆਂ ਨੇ, ਉਹਨਾਂ ਨੇ ਆਪਣੇ ਬੱਚਿਆਂ ਨੂੰ ਨਵਾਜਿਆ ਅਤੇ ਅਸੀਂ ਵੀ ਜਦੋਂ ਆਪਣੀ ਅਗਲੀਆਂ ਪੀੜ੍ਹੀਆਂ ਨੂੰ ਦੱਸਿਆ ਕਰਾਂਗੇ ਕਿ ਹਾਂ 550 ਸਾਲਾ 2019 ਦੇ ਵਿੱਚ ਆਇਆ ਸੀ ਅਤੇ ਉਦੋਂ ਇਹ ਲਾਂਘਾ ਖੁੱਲ੍ਹਾ ਸੀ, ਉਸ ਤੋਂ ਪਹਿਲਾਂ ਇਵੇਂ ਹੁੰਦਾ ਸੀ, ਉਸ ਤੋਂ ਪਹਿਲਾਂ ਇਵੇਂ ਹੁੰਦਾ ਸੀ। ਇਸ ਮੈਂ ਯਾਦ ਆ ਮੈਨੂੰ ਕਿ ਇਸ ਬਾਰਡਰ 'ਤੇ ਪਹੁੰਚਣਾ ਜਿਹੜਾ ਉਹ ਵੀ ਬੜਾ ਔਖਾ ਹੁੰਦਾ ਸੀ, ਖਾਲੀ ਹੱਥ ਨਹੀਂ ਸੀ ਜਾਣ ਦਿੰਦੇ। ਅੱਜ ਜਿੱਥੇ ਆਪਾਂ ਕੈਮਰੇ ਲੈ ਕੇ ਆਰਾਮ ਦੇ ਨਾਲ ਪਹੁੰਚੇ ਹੋਏ ਹਾਂ, ਸੋ ਮਸ਼ੀਨਾਂ ਵੀ ਵੱਡੀਆਂ ਮਸ਼ੀਨਾਂ ਆ ਰਹੀਆਂ ਨੇ ਬੋਰਿੰਗ ਵਾਸਤੇ ਇਹ ਵੋ, ਕਿਉਂਕਿ ਕਾਰਜ ਵੱਡੇ ਨੇ। ਸੋ ਇਹ ਵੇਖੋ ਮਸ਼ੀਨਾਂ ਵੀ ਆ ਰਹੀਆਂ ਨੇ, ਜਿੱਥੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਬਣ ਚੁੱਕਾ, ਸੋ ਉੱਥੇ ਜਿਹੜੀਆਂ ਤਿਆਰੀਆਂ ਉਹ ਵੀ ਵੱਡੇ ਪੱਧਰ 'ਤੇ ਚੱਲਦੀਆਂ ਪਈਆਂ ਨੇ। ਸੋ ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਾ ਅਤੇ ਆਪਾਂ ਅੱਗੇ ਚੱਲ ਕੇ ਵੀ ਦਰਸ਼ਨ ਕਰਦੇ ਹਾਂ। ਇੱਕ ਜਦੋਂ ਮੈਂ ਇੱਥੇ ਉਹਨਾਂ ਮੈਨੂੰ ਆ ਬੋਰਡ ਜਿਹੜਾ ਇਹ ਬੜਾ ਯਾਦ ਕਰਾਉਂਦਾ ਹੈ, ਇਹ ਬੋਰਡ ਨੇ ਪੱਕਾ ਗੁਰੂ ਨਾਨਕ ਸਾਹਿਬ ਜੀ ਨੂੰ ਪੱਖਾ ਝੱਲਿਆ ਹੋਏਗਾ, ਹੈਂ ਪਵਨ ਰਾਏ ਜਾਂ ਕੋ ਚਵਰ ਚੁਲਾਵੇ। ਸੋ ਇਹਨੇ ਜ਼ਰੂਰ ਉਹਨਾਂ ਨੂੰ ਹਵਾ ਦਿੱਤੀ ਹੋਏਗੀ, ਗੁਰੂ ਨਾਨਕ ਸਾਹਿਬ ਆਉਂਦੇ ਜਾਂਦੇ ਜ਼ਰੂਰ ਇਹਦੇ ਹੇਠਾਂ ਬੈਠ ਕੇ ਕਿਸੇ ਸੰਗਤ ਨੂੰ ਨਿਹਾਲ ਕੀਤਾ ਹੋਏਗਾ, ਕਿਤੇ ਆਪਣੇ ਮਿੱਠੇ ਬੋਲ ਮਿਸ਼ਰੀ ਨਾਲੋਂ ਮਿੱਠੇ ਬੋਲਾਂ ਦੇ ਨਾਲ ਸੰਗਤਾਂ ਦੇ ਮਨਾਂ ਦੇ ਉੱਤੇ ਉਹ ਰਹਿਮਤ ਵਰਸਾਈ ਹੋਏਗੀ। ਸੋ ਇਹ ਬੋਰਡ ਦਾ ਦਰਖਤ ਵੀ ਇਹ ਸਿੱਧਾ ਲਾਂਘਾ ਸੰਗਤ ਜੀ ਆਪਾਂ ਮਹਿਸੂਸ ਕਰ ਸਕਦੇ ਹਾਂ, ਇਹ ਲਾਂਘਾ ਬੜਾ ਹੁਣ ਤਾਂ ਸਿੱਧਾ ਹੀ ਹੋਣ ਜਾ ਰਿਹਾ। ਵੈਸੇ ਵੀ ਪਹਿਲਾਂ ਵੀ ਦੇਖੀਏ ਤਾਂ ਸਿੱਧਾ ਸੀਗਾ, ਪੁਰਾਣੇ ਬਜ਼ੁਰਗਾਂ ਨਾਲ ਅਸੀਂ ਜਦੋਂ ਪਿੱਛੇ ਗੱਲ ਕਰਦੇ ਸੀ ਤਾਂ ਉਹ ਕਹਿੰਦੇ ਸੀ ਅਸੀਂ ਤਾਂ ਇੱਦਾਂ ਹੀ ਲੰਘ ਜਾਂਦੇ ਸੀ, ਬੇੜੀ ਅੱਗੇ ਪੈਂਦੀ ਹੁੰਦੀ ਸੀ, ਬੇੜੀ 'ਤੇ ਬਹਿ ਕੇ ਅਤੇ ਕਰਤਾਰਪੁਰ ਸਾਹਿਬ ਪਹੁੰਚ ਜਾਣਾ। ਸੋ ਜਿਵੇਂ ਕਿ ਦੰਡਕਾਣਾ ਸਾਹਿਬ ਥੋੜ੍ਹਾ ਜਿਹਾ ਦੂਰ ਜ਼ਰੂਰ ਲੱਗਦਾ ਹੈ ਅਜੇ, ਪਰ ਮੈਨੂੰ ਲੱਗਦਾ ਜੇ ਕਰਤਾਰਪੁਰ ਸਾਹਿਬ ਆਪਾਂ ਪਹੁੰਚ ਚੱਲੇ ਹਾਂ ਤਾਂ ਉਹ ਦਿਨ ਵੀ ਦੂਰ ਨਹੀਂ ਹੋਏਗਾ ਜਿੱਦਣ ਆਪਾਂ ਇਵੇਂ ਹੀ ਖੁੱਲ੍ਹੇ ਰੂਪ ਦੇ ਵਿੱਚ ਬਿਨਾਂ ਕਿਸੇ ਹਿਚਕਚਾਹਟ ਤੋਂ, ਬਿਨਾਂ ਕਿਸੇ ਪਰੇਸ਼ਾਨੀ ਤੋਂ, ਬਿਨਾਂ ਕਿਸੇ ਵੀਜ਼ੇ ਤੋਂ ਅਸੀਂ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰ ਪਾਵਾਂਗੇ। ਸੋ ਇਸ ਵਕਤ ਜਿਹੜਾ ਇਹ ਬੋਰਡ ਦੀ ਠੰਡੀ ਛਾਂ, ਇਹਦੀਆਂ ਜਟਾਵਾਂ ਜਿਹੜੀਆਂ ਨੇ ਉਹ ਰਿੱਖੀ ਦੇ ਦਾ ਝਲਕਾਰਾ ਪਾਉਂਦੀਆਂ ਨੇ, ਰਿੱਖੀਆਂ ਦੇ ਨਾਲ ਸਾਧੂਆਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਜਿਹੜਾ ਸੁਨੇਹ ਸੀਗਾ, ਵੇਖੋ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪ੍ਰਸ਼ਾਦਾ ਛਕਾਇਆ, ਭੁੱਖੇ ਸਾਧੂਆਂ ਨੂੰ ਛਕਾਇਆ ਜਿਹੜੇ ਉਸ ਰੱਬ ਦੀ ਬੰਦਗੀ ਦੇ ਵਿੱਚ ਲੀਨ ਸਨ। ਸੋ ਐਸੇ ਦਰਖਤ ਵੀ ਸਾਨੂੰ ਉਹ ਸਮਾਂ ਯਾਦ ਕਰਵਾਉਂਦੇ ਨੇ। ਸੋ ਮੈਂ ਸਮਝਦਾ ਇਹ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਕਿ ਇਹ ਬੋਹੜ ਦਾ ਦਰਖਤ, ਇਹਦੀ ਉਮਰ ਕਿੰਨੀ ਆ ਇਹ ਤਾਂ ਹੁਣ ਮਾਲਕ ਹੀ ਜਾਣਦਾ, ਪਰ ਮਹਿਸੂਸ ਐਵੇਂ ਜ਼ਰੂਰ ਕਰਵਾ ਰਿਹਾ ਕਿ ਇਹਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕੀਤੀ ਹੈ। ਸੋ ਇੱਥੇ ਲੰਗਰ ਦੇ ਪ੍ਰਬੰਧ ਪਹਿਲਾਂ ਹੀ ਚੱਲਦੇ ਪਏ ਨੇ, ਅੱਗੇ ਸ਼ੈੱਡਾਂ ਬਣ ਚੁੱਕੀਆਂ ਨੇ, ਸੋ ਸ਼ੈੱਡਾਂ ਬਣ ਗਈਆਂ ਨੇ, ਹੋਰ ਇੰਤਜ਼ਾਮਾਤ। ਅਤੇ ਆਹ ਸਾਰਾ ਏਰੀਆ, ਆਹ ਸਾਰਾ ਏਰੀਆ ਜਿਹੜਾ ਜਿੱਥੇ ਆਪਾਂ ਖੜ੍ਹੇ ਹਾਂ, ਇਹ ਸਾਹਮਣੇ ਲੈਂਡ ਪੋਰਟ ਜਿਹੜੀ ਆ ਉਹਦੇ ਬੋਰਡ ਲੱਗ ਚੁੱਕੇ ਨੇ, ਇੱਥੇ ਲੈਂਡ ਪੋਰਟ ਤਿਆਰ ਹੋਣੀ ਹੈ ਜੀ। ਸੋ ਇਹ ਸਾਰੀ ਧਰਤੀ ਦਾ ਰੂਪਾਂਤਰਣ ਹੋਣ ਜਾ ਰਿਹਾ। ਸੋ ਸਾਹਮਣੇ ਆਪਾਂ ਕੈਮਰੇ ਦੀ ਅੱਖ ਦੇ ਨਾਲ ਇਹ ਜਗ੍ਹਾ ਦੇਖ ਸਕਦੇ ਹਾਂ ਜੀ, ਸਾਈਟ ਫਾਰ ਇੰਟੀਗ੍ਰੇਟਡ ਚੈੱਕ ਪੋਸਟ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਕੋਰੀਡੋਰ। ਸੋ ਉਹਦਾ ਨਕਸ਼ਾ ਜਿਹੜਾ ਸਾਨੂੰ ਇੱਥੇ ਦਿਖਾਈ ਦਿੰਦਾ। ਸੋ ਆਉਂਦੇ ਸਮੇਂ 'ਚ ਆਪਾਂ ਵੇਖਾਂਗੇ ਕਿ ਇੱਥੇ ਇਵੇਂ ਦੀਆਂ ਹੀ ਬਿਲਡਿੰਗਾਂ ਜਿਹੜੀਆਂ ਨੇ ਉਹ ਬਣ ਗਈਆਂ ਅਤੇ ਅਸੀਂ ਗੁਰੂ ਨਾਨਕ ਸਾਹਿਬ ਦੀ ਉਸ ਰਹਿਮਤ ਨੂੰ ਜਿੱਥੇ ਬਾਬੇ ਨੇ ਹਲ ਵਾਹੇ ਜਿਹੜੀ ਮਿੱਟੀ ਦੇ ਵਿੱਚ, ਕਿਉਂਕਿ ਹਲ ਵਾਹੁਣ ਦੀ ਗੱਲ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ, ਪੁਰਾਣੇ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਬਲਦਾਂ ਦੇ ਮਗਰ ਹਲ ਚੱਲਦੇ ਦੇਖੇ ਨੇ, ਇੱਕ ਵਾਰੀ ਇੱਕ ਖੇਤ ਨੂੰ ਵਾਹੁਣ ਵਾਸਤੇ ਕਿੰਨੇ ਕਦਮ ਚੱਲਣਾ ਪੈਂਦਾ, ਜਿੰਨਾ ਬਲਦ ਚੱਲਦੇ ਉਨਾ ਹੀ ਪਿੱਛੇ ਹਲ ਵਾਹੁਣ ਵਾਲਾ ਵੀ ਚੱਲਦਾ ਸੀ। ਸੋ ਇਸ ਧਰਤੀ ਦੇ ਵਿੱਚ ਕਿੰਨੀ ਕੁ ਰਹਿਮਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਪਈ ਹੋਊਗੀ ਆਪਾਂ ਉਹਦਾ ਐਸਟੀਮੇਟ ਵੀ ਨਹੀਂ ਲਾ ਸਕਦੇ। ਜਿਵੇਂ ਪਰ ਗੁਰਦਾਸ ਜੀ ਨੇ ਕਿਹਾ ਨਾ ਕਿ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਭਾ। ਸੋ ਇਹ ਧਰਤੀ ਕੀ ਹੈ, ਇਸ ਧਰਤੀ ਦੀ ਕਿਵੇਂ ਸ਼ੋਭਾ ਕਰ ਸਕਦੇ ਹਾਂ ਜਿੱਥੇ ਕਣ 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 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ, ਇਸ ਮਿੱਟੀ ਨੇ ਚਰਨ ਚੁੰਮੇ ਹੋਏ ਨੇ ਗੁਰੂ ਨਾਨਕ ਸਾਹਿਬ ਦੇ। ਇਹ ਮਿੱਟੀ ਵੀ ਜਿਹੜੀ ਓਨੀ ਹੀ ਵੱਡੇ ਭਾਗਾਂ ਵਾਲੀ ਹੈ, ਇੱਥੋਂ ਦੇ ਵੀ ਗੁਰੂ ਨਾਨਕ ਸਾਹਿਬ ਜਾਂਦੇ ਸੀ ਜਿੱਤੇ ਰੰਧਾਵੇ ਦੇ ਖੂਹ, ਉਹ ਆਪਣੇ ਸਹੁਰਾ ਨਗਰ ਪੱਖੋਂ ਕੇ ਰੰਧਾਵੇ ਜਾਂਦੇ ਸਨ। ਸੋ ਇਹ ਧਰਤੀ ਬੜੇ ਵੱਡਾ ਭਾਗਾਂ ਵਾਲੀ ਹੈ, ਆਪਾਂ ਜ਼ਰੂਰ ਆ ਕੇ ਇਹਦੇ ਚਰਨ ਚੁੰਮਿਆ ਕਰੀਏ, ਇਸ ਨੂੰ ਨਮਸਕਾਰ ਕਰਿਆ ਕਰੀਏ ਅਤੇ ਗੁਰੂ ਸਾਹਿਬ ਕਿਰਪਾ ਕਰਨ ਇੱਥੋਂ ਹੋਰ ਵੀ ਸਾਨੂੰ ਹੋਰ ਰਾਹ ਖੋਲ੍ਹਣ। ਆ ਇੱਕ ਰਾਹ ਖੁੱਲ੍ਹ ਰਿਹਾ, ਅੱਗੋਂ ਹੋਰ ਪਾਤਸ਼ਾਹ ਸੱਚੇ ਪਾਤਸ਼ਾਹ ਰਾਹ ਖੋਲ੍ਹਣ। ਸੋ ਸਿੰਘ ਜੀ ਇੱਥੋਂ ਦੀ ਆਪਾਂ ਆਉਣਾ ਹੈ ਜੀ, ਇਹ ਹਿੰਦੁਸਤਾਨ ਤੋਂ ਜਿਹੜਾ ਰਸਤਾ ਆ ਰਿਹਾ, ਬੜੇ ਵੱਡੇ ਵੱਡੇ ਚੌੜੇ ਚੌੜੇ ਹਾਈਵੇ ਬਣਦੇ ਪਏ ਨੇ ਅਤੇ ਇੱਧਰ ਨੂੰ ਆਪਾਂ ਅੱਗੇ ਵਧਣਾ ਅਤੇ
ਇਹ ਸਾਹਮਣੇ ਤੁਸੀਂ ਬਣਨਾ ਜੀ। ਕੋਈ ਸਮਾਂ ਸੀ ਇੱਥੇ ਵੈਸੇ ਹੀ ਨਹੀਂ ਸੀ ਆਉਣ ਦਿੰਦੇ, ਹੁਣ ਤਾਂ ਆਪਾਂ ਕੈਮਰਾ ਲੈ ਕੇ ਆ ਗਏ ਹਾਂ। ਸੋ ਇਹ ਸਾਰੀਆਂ ਸੰਗਤਾਂ, ਇਹ ਉਹੀ ਜਥਾ ਜਿਹੜਾ ਪਿਛਲੇ 18-19 ਸਾਲਾਂ ਤੋਂ ਜਿਹੜਾ ਹੈ ਇਹ ਸੇਵਾ ਕਰਦਾ ਪਿਆ, ਤਰਲੇ ਕੀਤੇ ਪੈਰੀਂ ਪੈ ਪੈ ਬਹੁਤ ਮਨਾਈ। ਜਿੱਦਾਂ ਭਗਤ ਧੰਨਾ ਜੀ ਦਾ ਜਿਵੇਂ ਅੱਜ ਜਨਮ ਦਿਹਾੜਾ ਵੀ ਹੈ, ਅਤੇ ਉਹਨਾਂ ਨੇ ਵੀ ਬੜੀ ਪੈਰੀਂ ਪੈ ਪੈ ਕੇ ਰੱਬ ਨੂੰ ਮਨਾਇਆ ਸੀ। ਅਤੇ ਇਹ ਸਾਰੇ ਜਥੇ ਨੇ ਜਿਨ੍ਹਾਂ ਨੇ ਬੇਨਤੀਆਂ ਕਰ ਕਰਕੇ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਮਿਹਰ ਪ੍ਰਾਪਤ ਕੀਤੀ ਹੈ ਕਿ ਅੱਜ ਆਪਾਂ ਇੱਥੇ ਖੜ੍ਹੇ ਹਾਂ ਅਤੇ ਕੈਮਰੇ ਦੇ ਨਾਲ ਸ਼ੂਟ ਕਰਦੇ ਪਏ ਹਾਂ। ਸੋ ਵਡਾਲਾ ਸਾਹਿਬ ਕੀ ਕਹਿਣਾ ਚਾਹੋਗੇ ਇਸ ਵਕਤ? ਬਹੁਤ ਹੀ ਵੱਡੀ ਖੁਸ਼ੀ ਦੀ ਲਹਿਰ ਆ ਜੀ ਸਾਰੀਆਂ ਸੰਗਤਾਂ ਵਿੱਚ, ਜਦਕਿ ਇੱਥੇ ਜਿਹੜੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਅਤੇ ਦੇਖ ਰਹੀਆਂ ਨੇ ਕਿ ਹਿੰਦੁਸਤਾਨ ਵਾਲੇ ਪਾਸੇ ਵੀ ਸਾਹਮਣੇ ਆਪਣੇ ਆਹ ਜ਼ਮੀਨ ਸਾਰੀ ਅਕੁਆਇਰ ਕਰ ਲਈ ਆ, ਇੱਥੇ ਜਿਹੜਾ ਚੈੱਕ ਪੋਸਟ ਬਣਨਾ, ਰਾਹ ਬਣਨਾ, 4 ਲੇਨ ਸੜਕ ਬਣਨੀ ਹੈ, ਪੁਲ ਬਣਨਾ ਇਸ ਤੁਸੀਂ ਦੇ ਉੱਪਰ ਦੀ, ਉਹਦੇ ਵਾਸਤੇ ਇੱਧਰ ਵੀ ਕੰਮ ਚੱਲ ਰਿਹਾ। ਅਤੇ ਪਾਕਿਸਤਾਨ ਵਾਲੇ ਪਾਸੇ ਜਿਵੇਂ ਹੁਣੇ ਆਪਾਂ ਉੱਪਰ ਖੜ੍ਹ ਕੇ ਦੇਖ ਕੇ ਆਏ ਹਾਂ, ਬਹੁਤ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ। ਉਹਨਾਂ ਨੇ ਤੁਸੀਂ ਵੀ ਪੱਧਰੀ ਕਰਤੀ ਅਤੇ ਹੁਣ ਤਾਂ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਆਪਾਂ ਕਰ ਸਕਦੇ ਬਿਨਾਂ ਰੁਕਾਵਟ ਤੋਂ, ਕਰਕੇ ਅੱਗੇ ਤੁਸੀਂ ਬੰਦ ਸੀ ਅਤੇ ਉੱਥੇ ਥੋੜ੍ਹੀ ਰੁਕਾਵਟ ਸੀਗੀ। ਸੋ ਇਸ ਸ਼ੁਰੂਆਤ ਦੇ ਨਾਲ ਜਦਕਿ ਦੋਨੋਂ ਪਾਸੋਂ ਲਾਂਘਾ ਬਣਦਾ ਆ ਰਿਹਾ ਆ ਅਤੇ ਬਹੁਤ ਇੱਕ ਵੱਡੀ ਉਮੀਦ ਜਾਗ ਗਈ ਹੈ ਸੰਗਤ ਦੇ ਮਨ ਦੇ ਵਿੱਚ ਕਿ ਜਿਹੜਾ ਸੁਪਨਾ ਦੇਖਿਆ ਸੀਗਾ ਆਪਣੇ ਬਜ਼ੁਰਗਾਂ ਨੇ, ਵੱਡੇ ਵਡੇਰਿਆਂ ਨੇ 1947 ਤੋਂ ਬਾਅਦ ਜਿਹੜੀਆਂ ਅਰਦਾਸਾਂ ਕੀਤੀਆਂ ਸੀ ਸਿੱਖ ਸੰਗਤਾਂ ਨੇ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ, ਉਹ ਅਰਦਾਸਾਂ ਅੱਜ ਪੂਰੀਆਂ ਹੋਣ ਜਾ ਰਹੀਆਂ ਹਨ। ਅਤੇ ਆਪਾਂ ਕਹਿ ਸਕਦੇ ਹਾਂ ਕਿ 1947 ਤੋਂ ਬਾਅਦ ਪਾਕਿਸਤਾਨ ਅਤੇ ਪੰਜਾਬ ਹਿੰਦੁਸਤਾਨ ਦੇ ਦਰਮਿਆਨ ਪੰਜਾਬ ਵਾਲੇ ਪਾਸੇ ਇਹ ਇੱਕ ਨਵਾਂ ਇਤਿਹਾਸ ਬਣ ਰਿਹਾ, ਨਵਾਂ ਇਤਿਹਾਸ ਸਿਰਜੋ ਰਿਹਾ ਕਿ ਜਦ ਇਹ ਲਾਂਘਾ ਖੁੱਲੂਗਾ ਸੰਗਤਾਂ ਉੱਥੇ ਜਾ ਕੇ ਬਿਨਾਂ ਕਿਸੇ ਰੋਕ ਟੋਕ ਤੋਂ, ਬਿਨਾਂ ਕਿਸੇ ਉਹ ਤੋਂ ਵੀਜ਼ੇ ਤੋਂ, ਪਾਸਪੋਰਟ ਤੋਂ ਜਾ ਕੇ ਦਰਸ਼ਨ ਕਰਨਗੀਆਂ। ਅਤੇ ਨਾਲ ਨਾਲ ਇਹ ਵੀ ਆ ਕਿ ਜਿੱਥੇ ਧਾਰਮਿਕ ਸ਼ਰਧਾ ਆਪਣੀ ਪੂਰੀ ਹੋਊਗੀ ਉਸ ਪਵਿੱਤਰ ਧਰਤੀ ਨੂੰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਲੰਬਾ ਸਮਾਂ ਗੁਜ਼ਾਰਿਆ, ਖੇਤੀ ਕੀਤੀ, ਇੱਥੇ ਕਿਰਤ ਕੀਤੀ, ਉਹਨਾਂ ਨੇ ਸੰਕਲਪ ਦਿੱਤਾ ਇੱਥੇ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਜਿਹੜੇ ਗੁਰਸਿੱਖੀ ਦਾ ਸਿਧਾਂਤ ਆ ਜਿਹੜਾ ਰਹਿੰਦੀ ਦੁਨੀਆ ਤੱਕ ਜਿੰਦਾ ਜਾਗਦਾ ਰਹਿਣਾ, ਉਹਨੂੰ ਆਪਾਂ ਪੂਰਾ ਕਰਾਂਗੇ। ਅਤੇ ਨਾਲ ਨਾਲ ਇਹ ਵੀ ਆ ਕਿ ਇਹ ਲਾਂਘੇ ਨੇ ਇੱਕ ਅਮਨ ਦਾ ਪੈਗਾਮ ਲੈ ਕੇ ਜਾਣਾ ਆ ਪਾਕਿਸਤਾਨ ਵਾਸਤੇ, ਹਿੰਦੁਸਤਾਨ ਵਾਸਤੇ, ਅਤੇ ਸ਼ਾਂਤੀ ਦਾ ਪ੍ਰਤੀਕ ਬਣੂੰਗਾ ਲਾਂਘਾ ਇੱਕ ਨਾ ਇੱਕ ਦਿਨ ਕਰਕੇ। ਅੱਜ ਵੀ ਬਹੁਤ ਹੀ ਵਧੀਆ ਮਾਹੌਲ ਆ ਦੋਵਾਂ ਦੇਸ਼ਾਂ ਦੇ ਦਰਮਿਆਨ, ਅਤੇ ਦੋਨੇ ਹੀ ਪੰਜਾਬੀ ਤਾਂ ਪਹਿਲਾਂ ਹੀ ਚਾਹੁੰਦੇ ਸੀਗੇ, ਕੋਈ ਨਹੀਂ ਸੀ ਚਾਹੁੰਦਾ ਲੜਾਈ ਹੋਵੇ, ਕੋਈ ਨਹੀਂ ਚਾਹੁੰਦਾ ਜੰਗ ਹੋਵੇ, ਉਹ ਵੀ ਆਪਣੇ ਭਰਾ ਆ, ਆਪਾਂ ਉਹਨਾਂ ਦੇ ਭਰਾ ਆ, ਉਹ ਠੀਕ ਆ, ਆਪਣਾ ਹਿੱਸਾ ਸੀ, ਆਪਣੇ ਨੂੰ ਵਿਛੜ ਗਏ, ਬਹੁਤ ਸਾਰੇ ਆਪਣੇ ਗੁਰਤਾਮ ਉੱਧਰ ਰਹਿ ਗਏ, ਅਤੇ ਉਹਨਾਂ ਦੇ ਵੀ ਦਰਸ਼ਨ ਦਿਦਾਰੇ ਕਰਨ ਲਈ ਆਪਾਂ ਚਾਹੁੰਦੇ ਹਾਂ ਵੀ ਉਹ ਵੀ ਸਾਨੂੰ ਖੁੱਲ੍ਹ ਹੋਵੇ, ਬਿਨਾਂ ਕਿਸੇ ਰੋਕ ਟੋਕ ਤੋਂ ਜਾਈਏ, ਅਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਫਿਰ ਇੱਕ ਵਾਰ ਸਿੱਖ ਪੰਥ 'ਤੇ, ਸਿੱਖ ਜਗਤ 'ਤੇ, ਪੰਜਾਬ 'ਤੇ ਹੋਊਗੀ, ਆਪਣੇ ਦੇਸ਼ 'ਤੇ ਹੋਊਗੀ। ਜਦਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਖੋਲ੍ਹਣ ਤੋਂ ਬਾਅਦ ਜਿਹੜੇ ਨਨਕਾਣਾ ਸਾਹਿਬ, ਡੇਰਾ ਸਾਹਿਬ, ਪੰਜਾ ਸਾਹਿਬ ਜਾਂ ਹੋਰ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵੀ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਵਾਸਤੇ ਸੰਗਤਾਂ ਜਾਇਆ ਕਰਨਗੀਆਂ। ਸੋ ਬਿਲਕੁਲ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ, ਮੈਂ ਸਮਝਦਾ ਇੱਥੇ ਗੂੰਜਾਂ ਪੈਣਗੀਆਂ ਧਰਤੀ, ਸ਼ਾਇਦ ਥੋੜ੍ਹਾ ਹੀ ਸਮਾਂ ਰਹਿ ਗਿਆ। ਅਤੇ ਕੰਗ ਸਾਹਿਬ ਵੀ ਲੈਸਟਰ ਤੋਂ ਆਏ ਹੋਏ ਆ, ਮੈਂ ਕਹਿੰਦਾ ਤੁਸੀਂ ਅੱਜ ਇਹ ਧੁਨੀ ਦੀ ਸ਼ੁਰੂਆਤ ਕਰ ਦਿਓ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦੀਆਂ ਧੁਨੀਆਂ ਗੂੰਜਾਂ ਪੈਣ ਇਸ ਧਰਤੀ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਪੂਰਨ ਸਿੰਘ ਜੀ, ਉਹਨਾਂ ਦੀ ਇੱਕ ਬਹੁਤ ਸੋਹਣਾ ਸ਼ਬਦ ਆ, ਕਹਿੰਦਾ ਦਰਿਆ ਪੰਜਾਬ ਦੇ ਖਾੜ ਖਾੜ ਵੱਜਦੇ ਜਪ ਸਾਹਿਬ ਗਾਉਂਦੇ। ਅਤੇ ਅੱਜ ਪਹਿਲੀ ਵਾਰੀ ਇੱਥੇ ਇਸ ਮੁਕੱਦਸ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ ਔਰ ਦੇਖਿਆ ਕਿ 4.5 ਕਿਲੋਮੀਟਰ ਦੀ ਦੂਰੀ 'ਤੇ ਗੁਰੂ ਬਾਬੇ ਦਾ ਅਸਥਾਨ ਹੈ ਅਤੇ ਕਣਕਾਂ ਦੇ ਰੰਗ ਸੇਮ ਆ, ਸਾਡੇ ਦੋਨਾਂ ਮੁਲਕਾਂ ਦੇ ਰੰਗ ਸੇਮ ਆ, ਇੱਕੋ ਜਿਹਾ ਲੱਗਦੇ, ਕੋਈ ਕਣਕ ਦਾ ਛਿੱਟਾ ਇੱਧਰਲਾ, ਕੋਈ ਚਿੱਟਾ ਅਤੇ ਉੱਧਰਲਾ ਹੋਰ ਤਰ੍ਹਾਂ ਦਾ ਨਹੀਂ, ਸੁਨਹਿਰੀ ਭਾਅ ਮਾਰ ਰਿਹਾ। ਸਾਨੂੰ ਆਪਸੀ ਪਿਆਰ ਇਤਫਾਕ ਦੇ ਨਾਲ ਰਹਿਣਾ ਚਾਹੀਦਾ, ਇਸ ਜ਼ਿੰਦਗੀ ਦਾ ਜਿਹੜਾ ਅਮੋਲ ਆ ਇਹ ਖਜ਼ਾਨਾ ਹੈਗਾ ਵਾ, ਜਿਹੜੀਆਂ ਸਾਹ ਸਾਨੂੰ ਬਖਸ਼ੇ ਆ, ਆਪਸੀ ਪਿਆਰ ਇਤਫਾਕ ਦੇ ਨਾਲ ਰਹੀਏ। ਅਤੇ ਇਹੀ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਹੈਗਾ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ। ਸੱਚੇ ਪਾਤਸ਼ਾਹ ਜੀ ਦਾ ਅਨੰਤ ਅਨੰਤ ਸ਼ੁਕਰਾਨਾ ਜਿਹੜਾ ਇਹੋ ਜਿਹਾ ਸਮਾਂ, ਔਰ ਸਿੱਖ ਕੌਮ ਹਮੇਸ਼ਾ ਇਹ ਕੋਈ ਵੀ ਕਾਰਜ ਆ ਉਸਦੇ ਵਿੱਚ ਪਹਿਲ ਅਤੇ ਮੋਹਰੀ ਜਿਹੜਾ ਰੋਲ ਅਦਾ ਕੀਤਾ। ਅਤੇ ਸਾਡੇ ਗੁਰਪੁਰ ਵਾਸੀ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਸਾਹਿਬ, ਉਹਨਾਂ ਦਾ ਜਿਹੜਾ ਇਹ ਸੁਪਨਾ ਉਹ ਸਾਕਾਰ ਹੋਇਆ। ਇਹ ਸਾਡੇ ਵੱਡੇ ਵੀਰ ਗੁਰਪ੍ਰਤਾਪ ਸਿੰਘ ਜੀ ਵਡਾਲਾ, ਇਹ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ
ਅਤੇ ਇਸ ਸਾਰੇ ਕਾਰਜ ਦੀ ਸੰਪੂਰਨਤਾ ਦੇ ਲਈ ਦਿਨ ਰਾਤ ਇੱਕ ਕਰ ਰਹੇ ਆ ਅਤੇ ਹੋਰ ਸਾਰੀਆਂ ਸੰਗਤਾਂ ਇਹਨਾਂ ਦਾ ਸਹਿਯੋਗ ਦੇ ਰਹੀਆਂ। ਵਿਦੇਸ਼ਾਂ 'ਚ ਸੰਗਤਾਂ 'ਚ ਬੜੀ ਖੁਸ਼ੀ ਦੀ ਲਹਿਰ ਆ ਅਤੇ ਅਸੀਂ ਉਸੇ ਤਹਿਤ ਇੱਥੇ ਆਏ ਹਾਂ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਸੰਗਤ ਟੀ ਵੀ ਅਤੇ ਸਰਦਾਰ ਰਣਧੀਰ ਸਿੰਘ ਜੀ ਜੋ ਆਪ ਇੱਥੇ ਖੁਦ ਚੱਲ ਕੇ ਆਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸੰਗਤ ਜੀ, ਮੈਂ ਸਮਝਦਾ ਕਿ ਭਾਈ ਗੁਰਦਾਸ ਜੀ ਨੇ ਜਿਹੜਾ ਆਪਣੀ ਵਾਰ ਦੇ ਵਿੱਚ ਬਿਆਨ ਕੀਤਾ ਨਾ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਉਹ ਝਗੜਾ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ ਹੈ। ਪਰ ਬਾਬਾ ਨਾਨਕ ਦਾ ਜਿਹੜਾ ਉਪਦੇਸ਼ ਸੀਗਾ ਕਿ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਸੋ ਜੇ ਸਾਡੇ ਅਮਲ ਚੰਗੇ ਨਹੀਂ ਤਾਂ ਉਹ ਵੀ ਰੋਂਦੇ ਆ ਅਤੇ ਅਸੀਂ ਵੀ ਰੋਂਦੇ, ਅਤੇ ਜੇ ਅਮਲ ਚੰਗੇ ਹੋ ਗਏ ਤਾਂ ਰਾਮ ਰਹੀਮ ਇੱਕ ਥਾਂ ਖਲੋਈ, ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਅਸੀਂ ਲੜੀ ਜਾਂਦੇ ਹਾਂ, ਰਾਮ ਅਤੇ ਰਹੀਮ ਤਾਂ ਇੱਕੋ ਥਾਂ 'ਤੇ ਹੀ ਨੇ। ਸੋ ਸਾਨੂੰ ਉਹ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਜਿਵੇਂ ਵਡਾਲਾ ਸਾਹਿਬ ਨੇ ਗੱਲ ਕੀਤੀ ਹੈ, ਕੰਘ ਸਾਹਿਬ ਨੇ ਗੱਲ ਕੀਤੀ ਹੈ, ਉਹ ਪਿਆਰ ਦੀਆਂ ਪੀਂਘਾਂ ਕਦੀ ਇੱਧਰੋਂ ਉੱਧਰ ਅਤੇ ਕਦੀ ਉੱਧਰੋਂ ਇੱਧਰ, ਇਹ ਝੂਟੇ ਜਿਹੜੇ ਆਉਣੇ ਚਾਹੀਦੇ ਨੇ। 550 ਸਾਲਾਂ ਮਨਾ ਰਹੇ ਹਾਂ ਗੁਰੂ ਨਾਨਕ ਨੂੰ, ਉਹਨਾਂ ਨੇ ਵੀ ਉਨਾ ਹੀ ਧੰਨ ਕਿਹਾ ਜਿੰਨਾ ਇੱਧਰ ਲੈਣੇ ਕਿਹਾ। ਸੋ ਇਹ ਧਰਤੀ ਸਾਰੀ ਗੁਰੂ ਨਾਨਕ ਦੀ ਹੈ ਅਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਂਝਾ ਖੁੱਲ੍ਹ ਜਾਣ, ਇੱਕ ਲਾਂਘਾ ਨਾ ਖੁੱਲ੍ਹੇ, ਇਹ ਸਾਰੇ ਲਾਂਘੇ ਹੀ ਖੁੱਲ੍ਹ ਜਾਣ ਜਿਵੇਂ ਵਡਾਲਾ ਸਾਹਿਬ ਨੇ ਗੱਲ ਕੀਤੀ ਹੈ, ਕੰਘ ਸਾਹਿਬ ਲੈਸਟਰ ਤੋਂ ਆਏ ਨੇ। ਸੋ ਗੁਰੂ ਸਾਹਿਬ ਕਿਰਪਾ ਕਰਨ ਇੱਥੇ ਬੜੇ ਗੁਰੂ ਸਿੱਖਿਆ ਸੰਗਤਾਂ ਦੇ ਜੋੜ ਮੇਲੇ ਜੁੜਦੇ ਨੇ, ਉਹ ਵੀ ਸੰਗਤਾਂ ਦੇ ਨਾਲ ਆਪਾਂ ਸਾਂਝ ਕਰਾਂਗੇ। ਸੋ ਮੈਂ ਸਮਝਦਾ ਕਿ ਇੱਕ ਵਾਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਂ ਦੇ ਉੱਤੇ ਆਪਾਂ ਜ਼ਰੂਰ ਆਪਣਾ ਮਨ ਪਵਿੱਤਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, 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 ਧੰਨ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਸੋ ਬੜੇ ਪਿਆਰ ਦੇ ਨਾਲ ਸੰਗਤਾਂ ਇਵੇਂ ਹੀ ਗਾਉਣਗੀਆਂ, ਗਾ ਰਹੀਆਂ ਨੇ। ਮੈਨੂੰ ਲੱਗਦਾ ਕਿ ਆਪਾਂ ਉਹ ਜਿਵੇਂ ਛੋਟੇ ਹੁੰਦਿਆਂ ਪਹਾੜੇ ਨਹੀਂ ਸੀ ਪੜਾਉਂਦੇ ਹੁੰਦੇ ਮਾਸਟਰ, ਵੀ ਇੱਕ ਦੋ ਦੂਣੀ ਚਾਰ ਅਤੇ ਦੋ ਦੋ ਦੂਣੀ ਛੇ ਦੂਜੇ ਪਾਸੇ ਆਉਣਾ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਇੱਕ ਵਾਰੀ ਸੰਗਤ ਇੱਧਰੋਂ ਬੋਲੇ ਅਤੇ ਇੱਕ ਵਾਰੀ ਆ ਬਾਰਡਰੋਂ ਪਾਰ ਆਵਾਜ਼ਾਂ ਆਏ, ਇਹ ਸਾਂਝਾ ਪੈਣ ਇਸ ਧਰਤੀ ਦੇ ਉੱਤੇ। ਸੋ ਭਾਈ ਸਾਹਿਬ ਹੋਰਾਂ ਦੇ ਵਿਚਾਰ ਵੀ ਆਪ ਸੰਗਤਾਂ ਨਾਲ ਸਾਂਝੇ ਕਰਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 18 ਸਾਲ ਪਹਿਲਾਂ 2000 ਅਪ੍ਰੈਲ ਦੀ ਵਿਸਾਖੀ 'ਤੇ ਪੰਥ ਪ੍ਰਸਤ ਅਜੀਮ ਸ਼ਖਸੀਅਤ ਪੰਥ ਦੀ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਅਗਵਾਈ ਦੇ ਵਿੱਚ ਇੱਕ ਅਸਾਂ ਸੰਸਥਾ ਬਣਾ ਕੇ ਕਰਤਾਰਪੁਰ ਰਾਵੀ ਦਰਸ਼ਨ ਅਬਲਾਸੀ ਸੰਸਥਾ ਦੇ ਨਾਮ ਦੇ ਥੱਲੇ ਅਰਦਾਸ ਸਮਾਗਮ ਜਿਹੜਾ ਸ਼ੁਰੂ ਕੀਤਾ ਸੀ। ਇਹਨਾਂ 18 ਸਾਲਾਂ ਦੇ ਵਿੱਚ ਜੋ ਸੁਪਨੇ ਲਏ ਸਨ ਉਹ ਅੱਜ ਸਰਕਾਰ ਹੋ ਗਏ ਨੇ, ਅਤੇ ਬਹੁਤ ਸੰਗਤਾਂ ਦਾ ਧੰਨਵਾਦ ਆ, ਸੰਗਤਾਂ ਨੇ ਇਸ ਲੰਮੇ ਸਮੇਂ ਦੇ ਵਿੱਚ ਬਹੁਤ ਸਹਿਯੋਗ ਦਿੱਤਾ। ਅਤੇ ਇੱਕ ਮੈਂ ਸਿੱਖਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ 70 ਸਾਲ ਤੋਂ ਲੱਖਾਂ ਕਰੋੜਾਂ ਦੋਵੇਂ ਟਾਈਮ ਜਿਹੜੀਆਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿੱਥੇ ਵੀ ਕਿਤੇ ਅਰਦਾਸਾਂ ਹੁੰਦੀਆਂ ਨੇ ਤਾਂ ਅਰਦਾਸਾਂ ਕਰਦੇ ਨੇ, ਮੈਂ ਵਿਸ਼ੇਸ਼ ਤੌਰ 'ਤੇ ਅਪੀਲ ਕਰਨੀ ਚਾਹੁੰਦਾ ਕਿ ਕੀ ਉਹ ਅਰਦਾਸ ਸਾਡੀ ਜਿਹੜੀ ਆ ਸਿਰਫ ਜ਼ਬਾਨੀ ਕਬਾਨੀ ਆ, ਉਹਦੇ ਉੱਤੇ ਸਾਨੂੰ ਅਮਲ ਦਾ ਕੋਈ ਗੱਲ ਕਿ ਵੀ ਇਲਮ ਨਹੀਂ ਗਾ, ਸਿਰਫ ਅਸੀਂ ਜ਼ਬਾਨ ਤੱਕ ਹੀ ਬੋਲਣ ਤੱਕ ਹੀ ਸੀਮਤ ਆ। ਆਓ ਸਾਰੇ ਇਕੱਠੇ ਹੋ ਕੇ ਇਹ ਜਿਹੜੇ ਵਿਛੜੇ ਗੁਰਧਾਮ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਰੀ ਸਿੱਖ ਸੰਗਤ ਹਿੱਸਾ ਪਾਵੇ, ਪ੍ਰੈਕਟੀਕਲੀ ਹਿੱਸਾ ਪਾਵੇ, ਤਾਂ ਕਿ ਜਿਹੜੇ ਉਹ ਵਿਛੜੇ ਗੁਰਧਾਮ ਨੇ ਜਿੱਦਾਂ ਇਹਦਾ ਰਸਤਾ ਖੁੱਲ੍ਹ ਗਿਆ ਵਾ, ਇਸੇ ਤਰ੍ਹਾਂ ਉਹਨਾਂ ਗੁਰਦੁਆਰੇ ਗੁਰਧਾਮਾਂ ਦੇ ਰਸਤੇ ਵੀ ਖੁੱਲ੍ਹ ਜਾਣ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੈਂ ਸਮਝਦਾ ਕਿ ਉਹ ਸਿਆਣੇ ਕਹਿੰਦੇ ਨਾ ਕਿ ਖੜ੍ਹੇ ਹੋਣ ਨੂੰ ਜਗ੍ਹਾ ਮਿਲ ਜੇ, ਬਹਿਣ ਨੂੰ ਆਪੇ ਬਣਾ ਲਈ ਦੀ ਹੈ। ਸੋ ਇਹ ਲਾਂਘਾ ਇੱਕ ਖੁੱਲ੍ਹ ਰਿਹਾ ਹੈ, ਅਤੇ ਮੈਨੂੰ ਲੱਗਦਾ ਕਿ ਬਾਕੀ ਲਾਂਘੇ ਜੇ ਸੰਗਤ ਨੇ ਇੱਦਾਂ ਹੀ ਪਿਆਰ ਜਿਤਾਇਆ ਤਾਂ ਮੈਨੂੰ ਲੱਗਦਾ ਕਿ ਇਸ ਵਕਤ ਇਮਰਾਨ ਖਾਨ ਜਿਹੜੇ ਨੇ ਜਿਨ੍ਹਾਂ ਦੇ ਸਿਰ 'ਤੇ ਸਿਹਰਾ ਗੁਰੂ ਨਾਨਕ ਸਾਹਿਬ ਨੇ ਸਜਾਇਆ ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ। ਸੋ ਮੈਂ ਸਮਝਦਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਇਸ ਪ੍ਰਥਾ ਵੀ ਕੁਝ ਬਚਨ ਸਾਂਝੇ ਕਰਦੇ। ਦੇਖੋ ਜੀ, ਜਿਹੜਾ ਫੈਸਲਾ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਲਿਆ
ਉਹਦੇ ਪਿੱਛੇ ਜਨਾਬ ਇਮਰਾਨ ਖਾਨ ਦਾ ਬਹੁਤ ਵੱਡਾ ਰੋਲ ਆ। ਇਮਰਾਨ ਖਾਨ ਜੀ ਦੇ ਜਦੋਂ ਤੋਂ ਪ੍ਰਾਈਮ ਮਿਨਿਸਟਰ ਬਣੇ ਆ, ਜਿੰਨੇ ਵੀ ਉਹਨਾਂ ਦੇ ਬਿਆਨ ਆਏ ਨੇ, ਜਿੰਨੇ ਵੀ ਉਹਨਾਂ ਨੇ ਸਟੇਟਮੈਂਟ ਦਿੱਤੀਆਂ ਆ, ਬਹੁਤ ਹੀ ਉਹ ਹੈਗੀਆਂ ਪੋਜ਼ਿਟਿਵ, ਅਤੇ ਉਹ ਉਹਨਾਂ ਤੋਂ ਝਲਕ ਆਉਂਦੀ ਹੈ ਕਿ ਉਹ ਚਾਹੁੰਦੇ ਨੇ ਇੰਡੀਆ ਦੇ ਨਾਲ ਪੱਕੇ ਤੌਰ 'ਤੇ ਪਰਮਨੈਂਟ ਜਿਹੜੀ ਆਪਣੀ ਸਾਂਝ ਕਾਇਮ ਕਰਨੀ ਅਤੇ ਅਮਨ ਸ਼ਾਂਤੀ ਬਹਾਲ ਰੱਖਣੀ। ਉਹ ਚਾਹੁੰਦੇ ਨੇ ਕਿ ਦੋਨੇ ਦੇਸ਼ ਤਰੱਕੀ ਕਰਨ, ਦੋਨੇ ਦੇਸ਼ ਅੱਗੇ ਵਧਣ, ਵੀ ਇਹ ਲੜਾਈ ਦਾ ਮਾਹੌਲ ਖਤਮ ਹੋ ਜਾਵੇ, ਜਿਹੜੀ ਨਫ਼ਰਤ ਆ ਬਿਲਕੁਲ ਮਿਟਾਉਣੀ ਚਾਹੁੰਦੇ ਆ। ਸੋ ਇਸ ਗੱਲ ਦੀ ਉਹਨਾਂ ਨੂੰ ਵਧਾਈ ਦਿੰਦੇ ਹਾਂ ਜਨਾਬ ਇਮਰਾਨ ਖਾਨ ਜੀ ਨੂੰ। ਚਲੋ ਸਪੋਰਟਸਮੈਨ ਸੀਗੇ, ਕ੍ਰਿਕਟਰ ਸੀਗੇ, ਅਤੇ ਬੜੀ ਉਹਨਾਂ ਨੇ ਫਰਾਗ ਦਿਲੀ ਨਾਲ ਸਪੋਰਟਸਮੈਨ ਸਪਿਰਿਟ ਨਾਲ ਉਹਨਾਂ ਨੇ ਜਿਹੜੇ ਫੈਸਲੇ ਲਏ ਆ, ਅਤੇ ਸਿੱਖ ਜਗਤ ਅੱਜ ਉਹਨਾਂ ਦਾ ਆਸ਼ਾਸ਼ ਕਰਦਾ ਉਹਨਾਂ ਪ੍ਰਤੀ, ਉਹਨਾਂ ਦੇ ਅੱਗੇ ਸਾਰੇ ਹੀ ਬਹੁਤ ਉਹਨਾਂ ਦੀ ਸਿਫਤ ਕਰਦੇ ਆ, ਅਤੇ ਉਹਨਾਂ ਦੀ ਦੁਨੀਆ ਦੀਆਂ ਸਰਕਾਰਾਂ ਵੀ ਉਹਨਾਂ ਨੂੰ ਸਟੇਟਸਮੈਨ ਕਹਿ ਰਹੀਆਂ। ਅਮਰੀਕਾ ਦੇ, ਯੂਰਪ ਦੇ ਜਿਹੜੇ ਪੋਲੀਟੀਸ਼ੀਅਨ ਨੇ, ਸਿਆਸੀ ਲੋਕ ਨੇ ਕਹਿ ਰਹੇ ਨੇ ਇਮਰਾਨ ਖਾਨ ਇੱਕ ਸਟੇਟਸਮੈਨ ਵਾਂਗੂ ਪ੍ਰਧਾਨ ਮੰਤਰੀ ਵਜੋਂ ਵਿਚਰ ਰਿਹਾ, ਕੋਈ ਸਿਆਸੀ ਬੰਦਾ ਨਹੀਂ ਪਾਕਿਸਤਾਨ ਦਾ, ਨਾ ਹੀ ਉਹ ਕਠਪੁਤਲੀ ਆ ਪਾਕਿਸਤਾਨ ਦੀ ਫੌਜ ਦੀ, ਇਹ ਤਾਂ ਉਹਨਾਂ ਦੀ ਸ਼ਖਸੀਅਤ ਆ। ਫਿਰ ਦੂਸਰੇ ਪਾਸੇ ਇੱਧਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਉਨੀ ਫਰਾਗ ਦਿਲੀ ਦਿਖਾਈ, ਠੀਕ ਆਖਿਆ ਕਿ ਆਪਣੇ ਬੜੇ ਚਿਰਾਂ ਤੋਂ ਆਪਾਂ ਮੰਗਦੇ ਸੀਗੇ, ਲੇਕਿਨ ਸਾਹਿਬ ਮਨਮੋਹਨ ਸਿੰਘ ਨੇ ਵੀ ਕੋਸ਼ਿਸ਼ ਕੀਤੀ, ਲੇਕਿਨ ਉਹ ਕੋਸ਼ਿਸ਼ ਨਹੀਂ ਸਿਰੇ ਚੜ੍ਹ ਸਕੀ, ਠੀਕ ਹੈ। ਉਹਨੂੰ ਆਪਾਂ ਨੂੰ ਕਬੂਲਣਾ ਚਾਹੀਦਾ ਵੀ ਇੱਥੇ ਪ੍ਰਣਾਬ ਮੁਖਰਜੀ ਇੱਥੇ ਆਏ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ, ਵਡਾਲਾ ਸਾਹਿਬ ਨੂੰ, ਬਾਦਲ ਸਾਹਿਬ ਨੂੰ ਸੱਦਿਆ ਕਿ ਇੱਥੇ ਬਾਰਡਰ 'ਤੇ ਆਓ, ਅਸੀਂ ਦੋਨੇ ਆ ਰਹੇ ਹਾਂ। ਇੱਥੇ ਆ ਕੇ ਉਹਨਾਂ ਨੇ ਸਾਰਾ ਇਹਦਾ ਜਾਇਜ਼ਾ ਲਿਆ, ਉਸ ਤੋਂ ਬਾਅਦ ਅਟੈਕ ਹੋ ਗਿਆ ਉੱਥੇ ਬੰਬੇ ਹੋਟਲ ਵਿੱਚ, ਤਾਜ ਹੋਟਲ 'ਚ, ਅਤੇ ਮੁੜ ਕੇ ਸਾਰੀ ਗੱਲ ਪਿੱਛੇ ਚੱਲ ਗਈ। ਪਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਇਹਦਾ ਜਿਹੜਾ ਉਹਨਾਂ ਨੇ ਜਿਹੜਾ ਹਾਂ ਪੱਖੀ ਇੱਕ ਸੁਨੇਹਾ ਭੇਜਿਆ ਸੀ, ਇੱਕ ਬਹੁਤ ਪੋਜ਼ਿਟਿਵ ਉਹਨਾਂ ਨੇ ਜਿਹੜਾ ਗੱਲ ਆਖੀ ਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਪ੍ਰਤੀ ਵੀ ਅਸੀਂ ਖੋਲ੍ਹਣਾ ਚਾਹੁੰਦੇ ਹਾਂ, ਅਤੇ ਪ੍ਰਧਾਨ ਮੰਤਰੀ ਨੇ ਉਹਨੂੰ ਆਪਣੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮੰਨ ਲਿਆ, ਉਹਨੇ ਵੀ ਕਹਿਤਾ ਅਸੀਂ ਖੋਲ੍ਹਣਾ ਚਾਹੁੰਦੇ ਹਾਂ। ਹੁਣ ਅਸੀਂ ਅਪੀਲ ਕਰਦੇ ਹਾਂ ਆਪਣੇ ਸੰਗਤ ਟੀਵੀ ਦੇ ਮਾਧਿਅਮ ਰਾਹੀਂ, ਜਿੰਨੀ ਵੀ ਆਪਣੀ ਸੰਗਤ ਬੈਠੀ ਆ, NRI ਭਾਈਚਾਰਾ ਬਾਹਰ ਬੈਠਾ ਵਿਦੇਸ਼ਾਂ 'ਚ, ਚਾਹੇ ਇੰਗਲੈਂਡ ਆ, ਯੂਰਪ ਆ, ਕੈਨੇਡਾ, USA ਆ, ਜਾਂ ਜਿੱਥੇ ਵੀ ਆ, ਸੰਗਤ ਟੀਵੀ ਦਾ ਸੁਨੇਹਾ ਜਾਂਦਾ, ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਆ, ਹੱਥ ਜੋੜ ਕੇ ਅਪੀਲ ਆ ਕਿ ਦੇਖੋ 550 ਸਾਲਾ ਸ਼ਤਾਬਦੀ ਸਮਾਗਮ, ਆਪਣੀ ਜ਼ਿੰਦਗੀ ਵਿੱਚ ਆਪਾਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ, ਖੁਸ਼ਕਿਸਮਤ ਸਮਝ ਰਹੇ ਹਾਂ ਕਿ ਆਪਣੀ ਜ਼ਿੰਦਗੀ ਵਿੱਚ 550 ਸਾਲਾ ਸਮਾਗਮ ਆਏ ਨੇ, ਅਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਦੋਵਾਂ ਸਰਕਾਰਾਂ ਨੇ ਲਾਂਘੇ ਦਾ ਫੈਸਲਾ ਲਿਆ। ਹੁਣ ਤੁਹਾਨੂੰ ਇਹ ਅਪੀਲ ਆ, ਤੁਸੀਂ ਅੱਗੇ ਵੀ ਬਹੁਤ ਵਡਮੁੱਲਾ ਯੋਗਦਾਨ ਪਾਉਂਦੇ ਹੋ, ਤੁਸੀਂ NRI ਸਾਰੇ ਆਪਣੇ ਜਿਹੜੇ ਪਰਿਵਾਰ ਨੇ, ਰੀੜ੍ਹ ਦੀ ਹੱਡੀ ਨੂੰ ਹੱਡੀ ਆ ਉਹ ਪੰਜਾਬ ਦੀ, ਸਿੱਖ ਪੰਥ ਦੀ, ਇੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ ਸੰਭਾਲ 'ਚ ਬਹੁਤ ਸਾਰੀਆਂ ਉੱਥੇ ਦੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਯੋਗਦਾਨ ਪਾਇਆ, ਇਹਦੀ ਮੁਰੰਮਤ ਕਰਾਈ ਅਤੇ ਇਹਦੀ ਜਿਹੜੀ ਹੈਗੀ ਆ ਸੇਵਾ ਸੰਭਾਲ ਕੀਤੀ ਬਾਹਰਲੀ ਸੰਗਤ ਨੇ। ਸੋ ਵੀ ਕਦੀ ਆਪਾਂ ਉਹਨੂੰ ਭੁੱਲ ਨਹੀਂ ਸਕਦੇ, ਪਰ ਹੁਣ ਬੇਨਤੀ ਹੈ ਕਿ ਇਹਨਾਂ ਸ਼ਤਾਬਦੀ ਸਮਾਗਮਾਂ 'ਚ, ਗੁਰਪੁਰਬ ਦੇ ਸਮਾਗਮਾਂ 'ਚ, ਜਦਕਿ ਜਿੱਥੇ ਸਾਰੇ ਸੰਸਾਰ 'ਚ ਮਨਾਏ ਜਾਣੇ ਆ, ਪਰ ਇੱਥੇ ਆਓ, ਇਸ ਬਾਬੇ ਨਾਨਕ ਦੀ ਧਰਤੀ 'ਤੇ ਆਓ, ਅਤੇ ਲਾਂਘਾ ਜਿਹੜਾ ਆਪਣੇ ਖੁੱਲ੍ਹ ਜਾਣੂ ਖੁੱਲ੍ਹ ਜਾਣਾ ਆ, ਉਹਦੇ ਉੱਪਰ ਦੀ ਹੁੰਦੇ ਹੋਏ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ, ਅਤੇ ਆਪਣੇ ਆਪ ਨੂੰ ਵਡਭਾਗੇ ਸਮਝੋ, ਅਤੇ ਆਪਣੀ ਕਹਿ ਲਓ ਜੀਵਨ ਦੀ ਸਫਲਤਾ ਵਾਲੇ ਕਦਮ ਆਪਾਂ ਪੱਟੀਏ। ਸੋ ਸਾਰੀ NRI ਜਿਹੜੀ ਹੈਗੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਸ਼ਤਾਬਦੀ ਸਮਾਗਮਾਂ 'ਚ, ਗੁਰਪੁਰਬ ਦੇ ਸਮਾਗਮਾਂ 'ਚ, ਗੁਰੂ ਨਾਨਕ ਦੇਵ ਜੀ ਦੇ ਇਸ ਆਪਣੇ ਗੁਰਪੁਰਬ 'ਤੇ ਸਾਰੀ ਸੰਗਤਾਂ ਇੱਥੇ ਆਉਣ, ਅਤੇ ਆ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਆਪਾਂ ਦਰਸ਼ਨ ਕਰੀਏ, ਅਤੇ ਨਾਲ ਹੀ ਨਾਲ ਇੱਕ ਇੰਨਾ ਕੁ ਪਿਆਰ ਦੇ ਦਈਏ ਜੇ ਇਮਰਾਨ ਖਾਨ ਸਾਹਿਬ ਨੇ, ਉੱਧਰ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਸਾਡੇ ਨਾਲ, ਮੈਂ ਸਮਝਦਾ ਕਿ ਬੜਾ ਵੱਡਾ ਸਿੱਖ ਕੌਮ ਦਾ ਅਜੇ ਤੱਕ ਹਾਂ ਦਾ ਨਾਰਾ ਨਹੀਂ ਭੁੱਲੀ। ਇੱਕ ਹਾਂ ਦਾ ਨਾਰਾ ਇੱਕ ਦਰਬਾਰ ਦੇ ਵਿੱਚ ਮਾਰਿਆ ਸੀ ਸਾਡੇ ਵੱਡੇ ਵੀਰ ਨੇ, ਅਜੇ ਤੱਕ ਉਹ ਨਹੀਂ ਭੁੱਲੀ, ਅਤੇ ਇਮਰਾਨ ਖਾਨ ਸਾਹਿਬ ਨੇ ਜੋ ਕੀਤਾ ਉਹ ਤਾਂ ਬਹੁਤ ਵੱਡੀ ਗੱਲ ਹੈ। ਸੋ ਮੈਂ ਸਮਝਦਾ ਸਾਰੀਆਂ ਦੇਸ਼ ਵਿਦੇਸ਼ ਦੀਆਂ ਜਿੱਥੋਂ ਦੀਆਂ ਵੀ ਸੰਗਤਾਂ ਆਉਣ, ਉਹਨਾਂ ਨੂੰ ਇੰਨਾ ਕੁ ਨਿੱਘ, ਇੰਨਾ ਕੁ ਪਿਆਰ ਆਪਾਂ ਦਈਏ ਕਿ ਉਹ ਬਾਕੀ ਸਾਰੇ ਦਰਬਾਰੇ ਵੀ ਖੋਲ੍ਹ ਦੇਣ, ਬਾਕੀ ਸਾਰੇ ਗੁਰਧਾਮ ਅਸੀਂ ਜਾ ਕੇ ਉਸ ਨਨਕਾਣੇ ਦੀ ਮਿੱਟੀ ਨੂੰ ਚੁੰਮ ਸਕੀਏ, ਅਸੀਂ ਉਹਨੂੰ ਸਜਦਾ ਕਰ ਸਕੀਏ, ਜਿਹਦੀ ਚੋਣ ਬਾਬੇ ਨਾਨਕ ਨੇ ਕੀਤੀ ਸੀ, ਜਿਹੜੀ ਤਲਵੰਡੀ ਨੂੰ ਉਹਨੇ ਨਨਕਾਣਾ ਬਣਾਇਆ, ਆਪਾਂ ਉਹਦੇ ਵੀ ਇਵੇਂ ਖੁੱਲ੍ਹੇ ਦਰਸ਼ਨ ਦਿਦਾਰੇ ਕਰ ਸਕੀਏ। ਸੋ ਇੱਕ ਜਕਾਰਾ ਬੁਲਾ ਕੇ ਅੱਜ ਦੀ ਇਸ ਸੇਵਾ ਨੂੰ ਇੱਥੇ ਪ੍ਰਵਾਨ ਕਰਿਓ ਜੀ। ਬੋਲੇ ਸੋਨੇਹਾ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।